ਸੋ ਤੁਹਾਨੂੰ ਲੈ ਲੈ ਆਏ ਆਪਣੀ ਸੁਰ ਸਿੰਘ ਪਲਵਾਨਾ ਦੀ ਟਰਾਲੀ ਦੇ ਵਿੱਚ ਆ ਤੇ ਗੱਲਾਂ ਬਾਤਾਂ ਕਰਾਂਗੇ ਕੁਝ ਜ਼ਰੂਰੀ ਗੱਲਾਂ ਜਿਹੜੇ ਵੀਰ ਪੰਜਾਬ ਤੋਂ ਜਾਂ ਬਾਕੀ ਥਾਵਾਂ ਤੋਂ ਇੰਡੀਆ ਤੋਂ ਅੱਜ ਗੁਜਰਾਤ ਦੇ ਇੱਕ ਐਮਐਲਏ ਇੱਥੇ ਮਿਲਣ ਆਈ ਸੀ ਸੋ ਇੱਧਰ ਦੁਨੀਆ ਭਰ ਦੇ ਲੋਕ ਇੱਥੇ ਆ ਰਹੇ ਆ ਪਰ ਇੰਨੀ ਮੈਂ ਜਿਹੜੇ ਪੰਜਾਬ ਤੋਂ ਹਰਿਆਣੇ ਤੋਂ ਦਿੱਲੀੋਂ ਯੂਪੀ ਤੋਂ ਬਿਹਾਰ ਤੋਂ ਆ ਰਹੇ ਉਹਨਾਂ ਨੂੰ ਇੱਕ ਗੁਜਾਰਿਸ਼ ਆ ਜਦੋਂ ਤੁਸੀਂ ਇੱਥੇ ਆਓ ਆਪਣਾ ਵੇਖੋ ਟਰਾਲੀ ਆ ਟਰਾਲੀ ਵਿੱਚ ਸਭ ਸਮਾਨ ਨਾਲ ਲੈ ਕੇ ਆਇਆ ਇਦਾਂ ਹੀ ਆਪਣਾ ਸਮਾਨ ਜ਼ਰੂਰ ਨਾਲ ਲੈ ਕੇ ਆਓ ਕਿ ਇੱਥੇ ਤੁਹਾਨੂੰ ਥਾਂ-ਥਾਂ ਤੇ ਭਟਕਣਾ ਨਾ ਪਵੇ ਤੁਹਾਨੂੰ ਇਹ ਨਾਲ ਲੱਗੇ ਕਿ ਤੁਸੀਂ ਕਿ ਪਖਾਰੀ ਹੋ ਵੇਖੋ ਜੱਟ ਜਾਂ ਕਿਸਾਨ ਆ ਉਹ ਜ਼ਮੀਂਦਾਰ ਆ ਉਹ ਰਾਜਾ ਵਾ ਆਪਣੀ ਜ਼ਮੀਨ ਦਾ ਸੋ ਆਪਣਾ ਸਮਾਨ ਜ਼ਰੂਰ ਆਪਣੇ ਨਾਲ ਲੈ ਕੇ ਆਓ ਕਿਉਂਕਿ ਇੱਥੇ ਨਹੀਂ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਆ ਫੇਸ ਕਰਨੀਆਂ ਪੈਂਦੀਆਂ ਬਾਕੀ ਇੱਕ ਦੂਜੀ ਗੱਲ ਜਿਹੜੀ ਜ਼ਰੂਰੀ ਗੱਲ ਆ ਜਿਹੜੇ ਹੁਣ ਇੱਥੇ ਲੋਕ ਲੜ ਰਹੇ ਆ ਪਿਛਲੇ 2 ਮਹੀਨੇ ਤੋਂ ਲੜ ਰਹੇ ਆ ਜੇ ਹੋ ਸਕਦਾ ਤੁਸੀਂ ਇੱਥੇ ਪਹਿਲੀ ਵਾਰੀ ਆਏ ਹੋ ਤਾਨੂੰ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਪਊਗਾ ਕਿ ਇੱਥੋਂ ਦਾ ਮਾਹੌਲ ਕੀ ਆ ਵੇਖੋ ਇੱਥੇ ਡੈਕ ਨਹੀਂ ਵੱਜਦੇ ਰਾਤ ਨੂੰ ਇੱਥੇ ਕੋਈ ਗਾਣਾ ਨਹੀਂ ਸੁਣਦਿਆ ਰਾਤ ਨੂੰ ਰੋਕੀ ਰਾਤ ਨੂੰ ਬਹੁਤ ਸ਼ਾਂਤਮਈ ਨਾ ਰਹਿੰਦੇ ਆ ਇਹ ਨਹੀਂ ਕੋਈ ਸ਼ਰਾਬਾ ਪੀ ਕੇ ਕੋਈ ਫਿਰ ਨਹੀਂ ਰਿਆ ਜਿਹੜੀ ਇੱਕ ਮੀਡੀਆ ਵੱਲੋਂ ਮਾਹੌਲ ਬਣਾਇਆ ਗਿਆ ਉਹ ਚੀਜ਼ ਦਾ ਪਰ ਉਹ ਇਹ ਰਿਐਲਿਟੀ ਨਹੀਂ ਇਥੋਂ ਦੀ ਸੋ ਤੁਸੀਂ ਵੀ ਇਹੋ ਹੀ ਰੰਗ ਚ ਰੰਗਣ ਦੀ ਰਲਣ ਦੀ ਕੋਸ਼ਿਸ਼ ਕਰੋ ਆਪਣਾ ਇਹ ਇਹ ਕਿਉਂਕਿ ਸੰਘਰਸ਼ ਜਿਹੜਾ ਆ ਇਹ ਬਹੁਤ ਸ਼ਾਂਤਮਈ ਸੰਘਰਸ਼ ਆ ਬਹੁਤ ਲੰਬਾ ਚੱਲਿਆ ਹੋਉਂਦਿਆ ਤੇ ਇਹ ਇਦਾਂ ਹੀ ਰਹਿਣਾ ਚਾਹੀਦਾ ਕਿਉਂਕਿ ਕਿਸਾਨ ਜਿਹੜੇ ਆ ਉਹ ਦੁਨੀਆ ਨੇ ਹੁਣ ਉਹਨੂੰ ਵੇਖ ਲਿਆ ਕਿ ਇਹਨਾਂ ਦਾ ਰੰਗ ਕੀ ਆ ਇਹ ਇਹ ਲੜਦੇ ਨਹੀਂ ਇਹ ਘੁੱਟਦੇ ਨਹੀਂ ਇਹ ਜਦਾਂ ਕਿਸੇ ਵੱਲੋਂ ਮੀਡੀਆ ਤੋਂ ਆ ਜਾਂਦਾ ਜੀ ਚੱਕ ਦੇਵਾਂਗੇ ਉਹ ਕੰਮ ਨਹੀਂ ਕਰਦੇ ਸੋ ਇਹ ਗੱਲਾਂ ਕੁਛ ਆਪਾਂ ਨੂੰ ਯਾਦ ਰੱਖਣੀਆਂ ਪੈਣਗੀਆਂ ਹੁਣ ਅਸਰ ਡਾਕਟਰ ਅਸੀਂ ਦੱਸ ਦਿੰਨੇ ਅਸੀਂ ਕੀ ਕਰ ਰਹੇ ਆ ਸਾਡਾ ਪਹਿਲਾਂ ਤੇ ਵੇਖੋ ਸਾਡਾ ਕੋਈ ਇੰਨਾ ਖਾਸ ਪਲਾਨ ਨਹੀਂ ਸੀ ਕਿਉਂਕਿ ਸਾਨੂੰ ਲੱਗਦਾ ਸੀ ਕੋਈ ਸਭ ਕੁਝ ਠੀਕ ਹੋ ਜਾਣਾ ਪਰ ਕੱਲ ਤੇ ਅਸੀਂ ਵੀ ਹਿੱਲ ਗਏ ਕਿਸੇ ਤਰੀਕੇ ਸੋ ਅਸੀਂ ਪਲਾਨ ਬਣਾਇਆ ਸਾਡੀ ਟੀਮ ਵੱਲੋਂ ਅਸੀਂ 30 ਐਂਬੂਲੈਂਸਾਂ ਦਾ ਕੰਮ ਕਰਾਂਗੇ ਸੋ 30 ਐਂਬੂਲੈਂਸਾਂ ਸਾਡੇ ਅੰ ਅੱਧੇ-ਅੱਧੇ ਕਿਲੋਮੀਟਰ ਤੇ ਉਹ ਐਂਬੂਲੈਂਸਾਂ ਵਿੱਚ ਇੱਕ ਡਾਕਟਰ ਇੱਕ ਨਰਸ ਹੋਊਗੀ ਦੂਜੀ ਗੱਲ ਅਸੀਂ ਮੈਡੀਕਲ ਕਿਟਸ ਬਣਾ ਰਹੇ ਹਾਂ ਅਸੀਂ ਵੌਲੰਟੀਅਰਸ ਕੋ ਸਾਰੇ ਪੰਜਾਬ ਤੋਂ ਸਾਰੇ ਇੰਡੀਆ ਤੋਂ ਅਸੀਂ ਰਿਕਵੈਸਟ ਕੀਤੀ ਹੈ ਕਿ ਸਾਨੂੰ ਮੈਡੀਕਲ ਕਿਟਸ ਪਹੁੰਚਾਓ ਉਹਦੇ ਵਿੱਚ ਫਰਸਟ ਏਡ ਹੋਊਗੀ 25 ਤਰੀਕ ਨੂੰ ਸਾਡੀ ਇੱਕ ਵੌਲੰਟੀਅਰ ਟੀਮ ਦੀ ਮੀਟਿੰਗ ਹੋਊਗੀ ਰੋਜ਼ ਵੈਸੇ ਮੀਟਿੰਗ ਹੁੰਦੀ ਉਹ ਸਪੈਸ਼ਲ ਮੀਟਿੰਗ ਹੋਊਗੀ ਉੱਥੇ ਅਸੀਂ ਟ੍ਰੇਨਿੰਗ ਦਵਾਂਗੇ ਨਾਰਮਲ ਵੌਲੰਟੀਅਰਸ ਨੂੰ ਕਿ ਤੁਸੀਂ ਫਰਸਟ ਏਡ ਕਿੱਦਾਂ ਪ੍ਰੋਵਾਈਡ ਕਰ ਸਕਦੇ ਹੋ ਲੋਕਾਂ ਦੇ ਸੋ ਸਾਡੀ ਮੈਡੀਕਲੀ ਅਸੀਂ ਆਪਣੇ ਆਪ ਨੂੰ ਪੂਰਾ ਰੈਡੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਰੈਡੀ ਵੀ ਅਸਲੀ ਕਰ ਰਹੇ ਹਾਂ ਕਿਉਂਕਿ ਜੇ ਮੈਡੀਕਲੀ ਡਾਕਟਰ ਦਾ ਇੱਕ ਧਰਮ ਆ ਅਸੂਲ ਆ ਕਿ ਤੁਸੀਂ ਇਨਸਾਨ ਦੀ ਜਾਨ ਬਚਾਉਣੀ ਤੇ ਜੇ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੇ ਬਜ਼ੁਰਗਾਂ ਦੀ ਜਿਹੜੀ ਜਾਨ ਹੈ ਉਹ ਖਤਰੇ 'ਚ ਆ ਸਕਦੀ ਆ ਤੇ ਸਾਡਾ ਧਰਮ ਬੰਦਾ ਕਿ ਉਹ ਫਰੰਟ ਲਾਈਨ ਤੇ ਅਸੀਂ ਹੋਈਏ ਉਹ ਫਰੰਟ ਲਾਈਨ ਤੇ ਜਿੱਥੇ ਕੁਝ ਹੋ ਸਕਦਾ ਪਿੱਛੇ ਨਹੀਂ ਤੁਸੀਂ ਹੋ ਸਕਦੇ ਤੁਸੀਂ ਘਰਾਂ 'ਚ ਨਹੀਂ ਲੋਕੇ ਲੜਾਈ ਕਿ ਜਦੋਂ ਤੁਹਾਡੇ ਬਜ਼ੁਰਗ ਉੱਥੇ ਮਰਦੇ ਹੋਣ ਉਹਨਾਂ ਨੂੰ ਕੁਝ ਹੋ ਰਿਹਾ ਹੋਵੇ ਤੁਸੀਂ ਕਿੱਦਾਂ ਪਿੱਛੇ ਬਹਿ ਸਕਦੇ ਹੋ ਸੋ ਇਹ ਰਿਕੁਐਸਟ ਆ ਸਾਰੇ ਜਿੰਨੇ ਵੀਰੇ ਦੂਰ ਬੈਠੇ ਡਾਕਟਰ ਵੀਰ ਆ ਨਰਸਾਂ ਵਾਂ ਫਾਰਮਸਿਸਟ ਆ ਕਿ ਜੇ ਤੁਹਾਡੇ ਬਜ਼ੁਰਗਾਂ ਨੂੰ ਇੱਥੇ ਅੱਜ ਤੁਹਾਡੀ ਲੋੜ ਆ ਤੇ ਤੁਸੀਂ ਪੈਸਾ ਨਹੀਂ ਵੇਖ ਸਕਦੇ ਤੁਸੀਂ ਆਪਣਾ ਫਿਊਚਰ ਨਹੀਂ ਵੇਖ ਸਕਦੇ ਉਹਨਾਂ ਦੇ ਫਿਊਚਰ ਵਿੱਚ ਹੀ ਤੁਹਾਡਾ ਫਿਊਚਰ ਆ ਸੋ ਇੱਥੇ ਆਉਣਾ ਜ਼ਰੂਰੀ ਆ ਉਸ ਦਿਨ 26 ਤਰੀਕ ਨੂੰ ਪਤਾ ਨਹੀਂ ਫੇਕੋ ਅਸੀਂ ਉਹ ਬਹੁਤ ਮਹਾਨ ਦੇਸ਼ ਸਾਡੇ ਦੇਸ਼ ਦਾ ਸਾਡੇ ਦੇਸ਼ ਦਾ ਬਹੁਤ ਮਹਾਨ ਦੇਸ਼ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੀ ਦੁਨੀਆ ਦੇ ਵਿੱਚ ਸਾਡਾ ਤਿਰੰਗਾ ਲਹਿਰਾਵੇ ਟਰੈਕਟਰ ਟਰੈਕਟਰ ਤੇ ਤਰੰਗਾ ਲਹਿਰਾਵੇ ਤੇ ਟਰੈਕਟਰ ਟਰੈਕਟਰ ਜਿਹੜਾ ਦਿੱਲੀ ਦੀ ਸੈਰ ਕਰਕੇ ਆਵੇ ਜੋ ਜੋ ਸਹੀ ਚਾਹੁੰਦੇ ਆ ਜਿਹੜੇ ਲੋਕ ਆ ਉੱਥੇ ਜਿਹੜੀ ਪ੍ਰੇਡ ਹੋਣੀ ਆ ਉਹ ਵੀ ਪ੍ਰੇਡ ਬਹੁਤ ਸ਼ਾਂਤ ਮਹਿਨਾਂ ਚੱਲੇ ਤੇ ਦੁਨੀਆ ਵੇਖੇ ਕਿ ਭਈ ਆਇਆ ਹਿੰਦੁਸਤਾਨ ਪਰ ਫਿਰ ਵੀ ਐਸ ਡਾਕਟਰਸ ਸਾਨੂੰ ਵੀ ਰੈਡੀ ਹੋਣਾ ਪੈਣਾ ਫੋਰ ਦਾ ਵਰਸਟ ਕਿਉਂਕਿ ਪਹਿਲਾਂ ਵੀ ਕੁਝ ਹੋਇਆ ਐਸਾ ਹੋਇਆ ਜਿਨੇ ਸਾਨੂੰ ਸਾਨੂੰ ਸ਼ਰਮਿੰਦਿਆ ਕੀਤਾ ਇਸ ਦੇਸ਼ ਨੂੰ ਸ਼ਰਮਿੰਦਿਆ ਕੀਤਾ ਸੋ ਉਹਦੇ ਲਈ ਅਸੀਂ ਰੈਡੀ ਹੋ ਰਹੇ ਆ ਅਸੀਂ ਸਾਰੇ ਪੰਜਾਬ ਨੂੰ ਰਿਕੁਐਸਟ ਕਰਦੇ ਆ ਸਾਰੇ ਹਿੰਦੁਸਤਾਨ ਨੂੰ ਰਿਕੁਐਸਟ ਕਰਦੇ ਆ ਕਿ ਸਾਨੂੰ ਜੁਆਇਨ ਕਰੋ ਐਸ ਡਾਕਟਰਸ ਸੇਵਾ ਦਾ ਟਾਈਮ ਆ ਸੋ ਜਰੂਰ ਸੇਵਾ ਕਰੋ ਬਾਕੀ ਵੀਰ ਹੁਣੇ ਸੋਰ ਸਿੰਘ ਤੋਂ ਆਏ ਆ ਉਹਨਾਂ ਨੂੰ ਥੋੜਾ ਜਿਹਾ ਪੁੱਛ ਲੈਨੇ ਆ ਕਿਹੋ ਜੀ ਜਰਨੀ ਰਹੀ ਕਿਦਾਂ ਦਾ ਇੱਥੇ ਇੱਕ ਦਿਨ ਲੱਗਾ ਮੈਨੂੰ ਲੱਗਦਾ ਤੁਹਾਨੂੰ ਆਉਂਦਿਆਂ ਆਉਂਦਿਆਂ ਵੀਰ ਸਰਿੰਦਰ ਆਏ ਆਪਣੇ ਸੋਰ ਸਿੰਘ ਤੋਂ ਹਾਂਜੀ ਬਹੁਤ ਵਧੀਆ ਰਸਤੇ ਦੇ ਵਿੱਚ ਇੱਕ ਦੇ ਦੋ ਦਿਨ ਲੱਗੇ ਆਉਂਦੇ ਆ ਤੇ ਕੋਈ ਪ੍ਰੋਬਲਮ ਨਹੀਂ ਬਿਲਕੁਲ ਹੋਰ ਵੀ ਸੰਗਤ ਬਹੁਤ ਆ ਰਹੀ ਆ ਤੇ ਕੋਈ ਇਹੋ ਜੀ ਗੱਲ ਨਹੀਂ ਪਿੱਛੇ ਹੋਰ ਵੀ ਮਤਲਬ ਟਰਾਲੀਆਂ ਬਹੁਤ ਆ ਰਹੀਆਂ ਬਹੁਤ ਸ਼ਾਂਤਮਈ ਆ ਰਹੀਆਂ ਕੋਈ ਇਹੋ ਜੀ ਗੱਲ ਨਹੀਂ ਗਈ ਬਿਲਕੁਲ ਕੋਈ ਕੋਈ ਢਕਾਉ ਚੱਕਰ ਨਹੀਂਗਾ ਜੋ ਕਈ ਵਾਰ ਵੇਖਿਆ ਜਾਂਦਾ ਵਾ ਵੀ মিডিਆ ਵਾਲੇ ਕਈ ਕਹਿ ਦਿੰਦੇ ਆ ਵੀ ਇਸ ਤਰ੍ਹਾਂ ਕੋਈ ਚੱਕਰ ਨਹੀਂ ਬਲਕਿ ਸ਼ਾਂਤੀ ਨਾਲ ਸਭ ਆ ਰਹੇ ਆ ਹੋਰ ਵੀ ਬਹੁਤ ਟਰਾਲੀਆਂ ਆ ਰਹੀਆਂ ਪਿੰਡਾਂ ਤੋਂ ਤੇ ਬਹੁਤ ਵਧੀਆ ਰਿਹਾ ਸਫਰ ਸੋ ਆਈ ਥਿੰਕ ਵੱਡੀ ਗੱਲ ਹੈ ਜੇ ਮੈਨੂੰ ਵੀ ਕਿਸੇ ਸਾਡੇ ਮਾਝੇ ਤੋਂ ਕੋਈ ਨਰਸ ਆਈ ਸੀ ਉਹਨੇ ਮੈਨੂੰ ਦੱਸਿਆ ਕਿ ਵੀਰੇ ਇੱਦਾਂ ਉੱਥੇ ਨਾ ਇੱਕ ਅ ਅਫਵਾਹਾਂ ਫਲਾਈਆਂ ਗਈਆਂ মিডিਆ ਵੱਲੋਂ ਕੀ ਲੋਕ ਇੱਥੇ ਸ਼ਰਾਬ ਪੀਂਦੇ ਆ ਲੋਕ ਇੱਥੇ ਰਾਤ ਨੂੰ ਡੈਕ ਲਾ ਕੇ ਨੱਚਦੇ ਆ ਤੇ ਕੁੜੀਆਂ ਵਾਲੀ ਜਗ੍ਹਾ ਸਹੀ ਨਹੀਂ ਤੇ ਅਸੀਂ ਇਸ ਲਈ ਪਹਿਲੇ ਦਿਨ ਤੋਂ ਆਪਣਾ ਇੱਥੇ ਜਿਹੜਾ ਰਹਿਣ ਬਸੇਰਾ ਵਾ ਉਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਕਿੰਨੇ ਸ਼ਾਂਤੀ ਨਾਲ ਲੋਕ ਰਹਿ ਰਹੇ ਆ ਤੇ ਸ਼ਰਾਬ ਪੀਣਾ ਪਹਿਲੀ ਗੱਲ ਤੇ ਕੋਈ ਇਲੀਗਲ ਤੇ ਹੈਗਾ ਨਹੀਂ ਕੋਈ ਕੋਈ ਲਾ ਨਹੀਂ ਹੈਗਾ ਜਿਹੜਾ ਕਹਿੰਦਾ ਕਿ ਜਾਂ ਤੇ ਲਾ ਹੋਵੇ ਨਾ ਕਿ ਵੀ ਤੂੰ ਸ਼ਰਾਬ ਨਹੀਂ ਪੀ ਸਕਦੇ ਪਰ ਅਸੀਂ ਫਿਰ ਵੀ ਸਾਰਿਆਂ ਨੂੰ ਇਹੋ ਕਹਿੰਨੇ ਆ ਕਿ ਸ਼ਰਾਬ ਜ਼ਰੂਰ ਕੋਈ ਜਰੂਰੀ ਚੀਜ਼ ਲਾ ਦੇ ਖਿਲਾਫ ਨਹੀਂ ਉਹਦੇ ਬਾਰੇ ਤੁਸੀਂ ਕਿਉਂ ਟਿੱਪਣੀ ਕਿੱਦਾਂ ਕਰ ਸਕਦੇ ਹੋ ਤੇ ਫਿਰ ਵੀ ਮੈਂ ਇਹੋ ਹੀ ਕਹਿੰਨਾ ਸਾਰੇ ਵੀਰਾਂ ਨੂੰ ਫਿਰ ਵੀ ਸਾਡੀ ਇਹੋ ਹੀ ਰਿਕੁਐਸਟ ਹੁੰਦੀ ਆ ਭਾਈ ਸ਼ਰਾਬ ਜੇ ਕਿਸੇ ਨੇ ਪੀਣੀ ਪਹਿਲੀ ਗੱਲ ਤੇ ਪੀਓ ਨਾ ਕਿਉਂਕਿ ਐਜ਼ ਅ ਡਾਕਟਰ ਮੈਂ ਕਹਿੰਨਾ ਕਿ ਨਾ ਪੀਓ ਪਰ ਜੇ ਕੋਈ ਪੀਂਦਾ ਵੀ ਆ ਭਾਈ ਆਪਣੀ ਟਰਾਲੀ ਚ ਪੀਓ ਤੇ ਐਵੇਂ ਆਪਣਾ ਮਜ਼ਾਕ ਨਾ ਡਾਓ ਕਿਉਂਕਿ ਕਿਸਾਨਾਂ ਦਾ ਕਿਤੇ ਨਾ ਕਿਤੇ ਪੰਜਾਬੀਆਂ ਦਾ ਹਰਿਆਣੀਆਂ ਦਾ ਇੱਕ ਸਾਡਾ ਸੂਲ ਰਿਹਾ ਅਸੀਂ ਘਰਾਂ ਚ ਪੀਂਦੇ ਆ ਅਸੀਂ ਬਾਹਰ ਨਹੀਂ ਪੀਂਦੇ ਆਪਣੇ ਜਿਹੜੇ ਸਾਡੇ ਪਰਿਵਾਰਿਕ ਮੈਂਬਰ ਹੁੰਦੇ ਉਹਨਾਂ ਚ ਪੀਂਦੇ ਆ ਸੋ ਉਹੀ ਸੂਲ ਇੱਥੇ ਬਣਾ ਕੇ ਰੱਖੋ ਤੇ ਬਾਕੀ ਜਿਹੜੇ ਰੋਗ ਸਾਨੂੰ ਮਾੜਾ ਕਹਿਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਅਸੀਂ ਕੀ ਕਰ ਸਕਦੇ ਆ ਪਰ ਮੈਂ ਇੰਨਾ ਹੀ ਕਹੂੰਗਾ ਦੁਨੀਆ ਨੇ ਵੇਖ ਲਿਆ ਪਿਛਲੇ 5 ਮਹੀਨਿਆਂ ਚ ਸਾਡਾ ਕੰਮ ਵੇਖ ਲਿਆ ਅਸੀਂ ਕਿੱਦਾਂ ਰਹਿੰਨੇ ਆ ਉਹ ਵੇਖ ਲਿਆ ਆ ਬਾਕੀ ਕੀ ਵੱਡੀ ਗੱਲ ਜਿਹੜੀ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿਉਂਕਿ ਕਿਤੇ ਨਾ ਕਿਤੇ ਇਹਦਾ ਕੀ ਹੁੰਦਾ ਲੋਕ ਜਿਹੜੇ ਹੁਣ ਅਸੀਂ ਪਹਿਲੇ ਦਿਨ ਤੋਂ ਇੱਥੇ ਆ ਇਦਾਂ ਹੀ ਕਈ ਲੋਕਾਂ ਦੇ ਮੂੰਹੋਂ ਮੈਂ ਸੁਣਿਆ ਬਾਈ ਅਸੀਂ ਤਾਂ ਪਹਿਲੇ ਦਿਨ ਤੋਂ ਇੱਦਾਂ ਆ ਇਹ ਬੰਦਾ ਤੇ ਹੁਣੇ ਆਇਆ ਜਾਂ 10 ਦਿਨ ਪਹਿਲਾਂ ਆਇਆ ਮੈਂ ਇਹਨੀ ਗੱਲ ਦੱਸਦਾ ਜਿਦਾਂ ਮੈਂ ਹਿਟਲਰ ਜਰਮਨੀ ਦੀ ਗੱਲ ਕੀਤੀ ਆ ਉਹ ਅਮਰੀਕਾ ਆਇਆ ਤੇ ਜੰਗ ਫੇਰ ਜਿੱਤੀ ਗਈ ਆ ਸੋ ਵੀਰ ਭਾਵੇਂ ਅੱਜ ਆਏ ਹੋਣ ਭਾਵੇਂ 20 ਦਿਨ ਪਹਿਲਾਂ ਆਏ ਹੋਣ ਉਹ ਨਹੀਂ ਮੈਟਰ ਕਰਦਾ ਕਿਉਂਕਿ ਬੜੇ ਵੀਰ ਪਿੱਛੇ ਬੈਠੇ ਲੜਾਈ ਲੜਦੇ ਆ ਹੁਣ ਆ ਵੀਰ ਜਿਹੜੇ ਮੇਰੇ ਨਾਲ ਆ ਇਹ ਪਿੱਛੇ ਬੈਠੇ ਲੜਾਈ ਲੜਦੇ ਸੀ ਪਿੰਡਾਂ ਪਿੰਡਾਂ ਵਿੱਚ ਲੜਾਈ ਲੜਦੇ ਸੀ ਬੰਦੇ ਤੁਹਾਡੇ ਨਾਲ ਇਕੱਠੇ ਕਰਨ ਦੀ ਕੋਸ਼ਿਸ਼ ਕਰਨਦੇ ਸੀ ਤੇ ਸੋ ਕਿਸੇ ਨੂੰ ਵੀ ਇਦਾਂ ਦਾ ਫੀਲ ਕਰਾਓ ਕਿ ਜਿਦਾਂ ਆਪਾਂ ਪਹਿਲੇ ਦਿਨ ਤੋਂ ਆ ਗਏ ਤੇ ਆਪਾਂ ਕੋਈ ਜੀ ਵੱਡਾ ਕੰਮ ਕਰ ਲਿਆ ਲੜਾਈ ਕੀ ਪਤਾ 3 4 5 ਸਾਲ ਜਿਤਨੀ ਆ ਚੱਲਣੀ ਆ ਸੋ ਤੁਸੀਂ ਇਹ ਚੀਜ਼ ਤੋਂ ਥੋੜਾ ਜਿਹਾ ਗਰੇਜ ਕਰੋ ਜਿਹੜਾ ਵੀ ਵੀਰ ਆ ਨਾਲ ਆਇਆ ਉਹਨੂੰ ਨਾਲ ਲੈ ਲੋ ਉਦਾਂ ਦੇ ਰੰਗਾ ਚ ਰੰਗ ਲਓ ਬਾਕੀ ਅਗਿਆਨ ਗੱਲ ਉਹ ਕੀਤੀ ਆ ਅਮਰੀਕਾ ਵਾਲੀ ਉਹ ਹਿਸਟਰੀ ਲੈਸ ਨੇ ਇਹ ਪਹਿਲੀ ਇੱਕ ਵਾਰੀ ਨਹੀਂ ਹੋਇਆ ਬਾਰ ਬਾਰ ਹੋਇਆ ਜੰਗਾ ਜਿੱਤਣ ਲਈ ਤੁਹਾਨੂੰ ਲੋਕ ਚਾਹੀਦੇ ਆ ਤੇ ਤੁਹਾਨੂੰ ਭਰਾ ਚਾਹੀਦੇ ਆ ਭਾਵੇਂ ਅੱਜ ਕੋਈ ਆ ਉਹਨਾਂ ਹੀ ਉਹਦੀ ਐਮੀਅਤ ਆ ਇਸ ਲੜਾਈ ਦੇ ਵਿੱਚ ਜੋ ਛੋਟੀ ਜਿਹੀ ਬ੍ਰੇਕ ਇਸ ਬਾਅਦ ਆਪਾਂ ਗੱਲਬਾਤ ਜਾਰੀ ਰੱਖਾਂਗੇ ਗੱਲਬਾਤ ਕਰਾਂਗੇ ਆ ਜਿਹੜੀਆਂ ਟੀਅਰ ਗੈਸ ਹੋਈ ਜਾ ਪਾਣੀ ਦੇ ਬਿਚਾਰਾਂ ਇਹਨਾਂ ਤੋਂ ਤੁਸੀਂ ਕਿੱਦਾਂ ਬਚ ਸਕਦੇ ਜੋ ਕਿਉਂਕਿ ਜੇ ਇਹ ਹੋ ਸਕਦਾ ਇਹ ਚੀਜ਼ਾਂ ਯੂਜ਼ ਹੋਣ ਜਿੱਦਾਂ ਪਹਿਲਾਂ ਹੋਈਆਂ ਸੀ ਆ ਪਹਿਲੀ ਗੱਲ ਤੇ ਅਸੀਂ ਹੱਥ ਜੋੜ ਕੇ ਸਾਰੇ ਅੱਗੇ ਇਹੋ ਹੀ ਆ ਸਰਕਾਰ ਅੱਗੇ ਵੀ ਬੇਨਤੀ ਆ ਕਿਸਾਨਾਂ ਵੀ ਅੱਗੇ ਵੀ ਇਹ ਆਤੀ ਆ ਕਿ ਕਦੀ ਐਸੀ ਚੀਜ਼ ਦੀ ਨੌਬਤ ਨਾ ਆਵੇ ਕਿਉਂਕਿ ਇਹ ਦੁਨੀਆ ਵੇਖ ਰਹੀ ਆ ਤੇ ਦੁਨੀਆ ਇਹ ਚੀਜ਼ ਤੇ ਰਹੂਗੀ ਜਦੋਂ ਸਾਡੀ ਇਨਸਾਨੀਅਤ ਮਰੂਗੀ ਕਿਉਂਕਿ ਹੁਣ ਮੈਨੂੰ ਵੀ ਜਦੋਂ ਦਾ ਮੈਂ ਇੱਥੇ ਆਇਆ ਆ ਸਾਰੇ ਜਿਹੜੇ ਇੱਥੋਂ ਦੇ ਲੋਕ ਆ ਬਜ਼ੁਰਗੇ ਸਾਡੇ ਸਾਡਾ ਪਰਿਵਾਰ ਬਣ ਗਏ ਆ ਤੇ ਬੜੀ ਸ਼ਾਂਤੀ ਨਾਲ ਰਹਿੰਦੇ ਆ ਤੇ ਬੜਾ ਪਿਆਰ ਹੈ ਸਾਡਾ ਵੀ ਪਿਆਰ ਪੈ ਗਿਆ ਤੇ ਉਹਨਾਂ ਨੂੰ ਕੋਈ ਮਾਰੇ ਉਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਣਾ ਮੈਂ ਸਿੱਧੀ ਗੱਲ ਇਹ ਕਹਿਣਾ ਸਾਡਾ ਕਿਤੇ ਨਾ ਕਿਤੇ ਅਸੀਂ ਵੀ ਟੁੱਟਾਂਗੇ ਇਸ ਲਈ ਅਸੀਂ ਟੁੱਟੇ ਅੱਗੇ ਲੱਗਣ ਦੀ ਕੋਸ਼ਿਸ਼ ਕਰਦੇ ਆਂ ਕਿ ਸਾਡੇ ਬਜ਼ੁਰਗਾਂ ਨੂੰ ਕੋਈ ਕੋਈ ਆਂਚ ਨਾ ਆਵੇ ਕੋਈ ਕੁਝ ਉਹਨਾਂ ਦਾ ਬਾੜ ਵੀ ਵਿੰਗਾ ਨਾ ਹੋਵੇ ਸੋ ਇਹ ਇਹ ਗੁਜਾਰਿਸ਼ ਹੈ ਕਿ ਕੋਈ ਵੀ ਐਸਾ ਕੰਮ ਉਸ ਦਿਨ ਐਸਾ ਨਾ ਕਰੋ ਕਿ ਜੇਤੋਂ ਸਾਨੂੰ ਹਿਸਟਰੀ ਸਾਡੇ ਤੇ ਮਜ਼ਾਕ ਅਸੀਂ ਮਜ਼ਾਕ ਬਣ ਜਾਈਏ ਹਿਸਟਰੀ ਅੱਗੇ ਤੇ ਦੁਨੀਆ ਸਾਡੇ ਤੇ ਹੱਸੇ ਸੋ ਗੱਲਬਾਤ ਕਰ ਰਹੇ ਆਂ ਕਿ ਇਹ ਅਸੀਂ ਨਹੀਂ ਚਾਹੁੰਦੇ ਕੁਝ ਵੀ ਮਾੜਾ ਹੋਵੇ ਪਰ ਐਜ਼ ਅ ਡਾਕਟਰ ਸਾਨੂੰ ਫਿਰ ਵੀ ਕੁਝ ਨਾ ਕੋਈ ਹਰ ਇੱਕ ਪ੍ਰੈਪਰੇਸ਼ਨ ਕਰਨੀ ਪਣੀ ਹੈ ਫॉर ਦਾ ਵਰਸਟ ਹਨਾ ਐਂਬੂਲੈਂਸਾਂ ਦਾ ਕੀਤਾ ਦੂਜੀ ਗੱਲ ਅਸੀਂ ਕਰ ਰਹੇ ਆ ਫਰਸਟ ایڈ ਟ੍ਰੇਨਿੰਗ ਦਵਾਂਗੇ 25 ਤਰੀਕ ਨੂੰ ਆਪਣੇ ਵੌਲੰਟੀਅਰਸ ਇਕੱਠੇ ਕਰਕੇ ਹਰ ਇੱਕ ਨੂੰ ਫਰਸਟ ایڈ ਟ੍ਰੇਨਿੰਗ ਦਿੱਤੀ ਜਾਊਗੀ ਕਿ ਜੇ ਸਾਡੇ 22 ਚਾਂਸ ਉੱਤੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਬੀਬੀਆਂ ਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਉਹਨੂੰ ਕਿੱਦਾਂ ਹੈਂਡਲ ਕਰਨਾ ਅਗੇਨ ਅਸੀਂ ਚਾਹੁੰਦੇ ਨਹੀਂ ਇਹ ਕੁਝ ਵੀ ਹੋਵੇ ਕਿਉਂਕਿ ਸਾਡਾ ਵੀ ਮਨ ਨਹੀਂ ਕਰਦਾ ਅਸੀਂ ਫਰੰਟ ਲਾਈਨਾਂ ਤੇ ਜਾਈਏ ਕਿਉਂਕਿ ਪਤਾ ਹੀ ਨਹੀਂ ਕੀ ਹੋ ਸਕਦਾ ਹਨਾ ਪਰ ਕੋਈ ਐਸੀਆ ਚੀਜ਼ ਜਿਹੜੀ ਅਸੀਂ ਪਬਲਿਕ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਜਿਹਦਾ ਟਾਇਰ ਗੈਸ ਦਾ ਹੁਣ ਮੈਂ ਦੱਸਦਾ ਜਿੰਨੀ ਜਦੋਂ ਟਾਇਰ ਗੈਸ ਬਣਾਈ ਗਈ ਸੀ ਜਿੰਨੀਆਂ ਵੀ ਸਟੱਡੀਜ਼ ਹੋਈਆਂ ਸੀ ਪੁਰਾਣੇ ਟਾਈਮਾਂ ਤੇ ਉਹ ਸਾਰੀਆਂ ਮੀਡਲ ਏਜ ਲੋਕਾਂ ਚ ਹੋਈਆਂ ਸੀ ਸਾਨੂੰ ਪਹਿਲਾਂ ਪਤਾ ਹੀ ਨਹੀਂ ਟਾਇਰ ਗੈਸ ਦੇ ਲੌਂਗ ਟਰਮ ਇਫੈਕਟ ਕੀ ਹੋ ਸਕਦੇ ਆ ਤੇ ਦੂਜੀ ਗੱਲ ਇਹ ਤੁਸੀਂ ਆਪੇ ਸੋਚੋ ਟਾਇਰ ਗੈਸ ਛੁੱਟੀ ਜਾਂਦੀ ਆ ਲੋਕਾਂ ਨੂੰ ਤਿੱਤਰ-ਬਿੱਤਰ ਕਰਨ ਲਈ ਜਿੱਥੇ ਕਰਾਊਡ ਹੋਵੇ ਇੱਕ ਰਵਾਜ ਬਣ ਗਿਆ ਦੁਨੀਆ 'ਚ ਹੁਣ ਇੱਥੇ 90-90 ਸਾਲ ਦੇ ਬਜ਼ੁਰਗ ਆ ਤੁਸੀਂ ਟਾਇਰ ਗੈਸ ਉੱਥੇ ਸੁੱਟ ਦੋ ਤੇ ਤੁਸੀਂ ਕਹੋਗੇ ਕਿ ਉਹ ਇ ਕੀ ਉਹ ਗਾ ਸਟੈਂਪੀਡ ਹੋਗੀ ਦੂਜੀ ਗੱਲ ਆ ਉਹਨਾਂ ਕੋ ਨਹੀਂ ਲੈ ਜਾਣਾ ਉੱਥੋਂ ਉੱਥੋਂ ਕਈ ਲੋਕ ਉੱਥੇ ਡਿੱਗ ਸਕਦੇ ਆ ਉਹਨਾਂ ਉੱਪਰ ਲੋਕ ਚੜ੍ਹ ਸਕਦੇ ਆ ਜੇ ਕਿਸੇ ਨੂੰ ਐਸਮੇ ਦੀ ਪ੍ਰੋਬਲਮ ਆ ਸੀਓਪੀਡੀ ਹੋ ਉਹਨੂੰ ਦਮੇ ਦੀ ਪ੍ਰੋਬਲਮ ਆ ਉਹਨੂੰ ਅਟੈਕ ਹੋ ਸਕਦਾ ਹਾਰਟ ਅਟੈਕ ਹੋ ਸਕਦਾ ਉੱਥੇ ਸਟ੍ਰੈਸ ਤੋਂ ਸੋ ਮੈਂ ਤੇ ਬਹੁਤ ਹੈਰਾਨ ਹੋਊਗਾ ਜੇ ਟੀਅਰ ਗੈਸ ਵਰਗੀ ਚੀਜ਼ ਕੋਈ ਛੱਡੀ ਜਾਂਦੀ ਉਸ ਦਿਨ ਮੈਨੂੰ ਨਹੀਂ ਲੱਗਦਾ ਇਹ ਗੱਲ ਹੋਊਗੀ ਪਰ ਕਿਉਂਕਿ 60 ਦਿਨ ਪਹਿਲਾਂ ਇਹ ਚੀਜ਼ਾਂ ਹੋਈਆਂ ਸੋ ਸਾਨੂੰ ਉਹਦੇ ਲਈ ਵੀ ਰੈਡੀ ਪਰਣਾ ਪਊਗਾ ਤੇ ਮੈਂ ਵੀਰਾਂ ਨੂੰ ਇਹੋ ਗੱਲ ਇੱਕੋ ਗੱਲ ਹੋਰ ਬੇਨਤੀ ਕਰਾਂ ਇੱਕ ਰਿਵਾਜ ਬਣ ਗਿਆ ਉਹ ਟਾਇਰ ਗੈਸ ਜਿਹੜੇ ਕੈਨਿਸਟਰ ਹੁੰਦੇ ਆ ਲੋਕ ਫੜ ਲੈਂਦੇ ਆ ਤੇ ਫੜ ਕੇ ਵਾਪਸ ਸੁੱਟਦੇ ਆ ਹੁਣ ਸਾਡੇ ਇੱਥੇ ਮੈਂ ਤਿੰਨ ਮਰੀਜ਼ ਵੇਖਿਆ ਆਪਣੇ ਕੈਂਪਾਂ 'ਚ ਜਿਨ੍ਹਾਂ ਨੇ ਉਹ ਉਹ ਫੜੇ ਤੇ ਉਹਨਾਂ ਦੇ ਹੱਥ ਸਾਰੇ ਪਾਟੇ ਪਏ ਕਿਉਂਕਿ ਉਹ ਬਹੁਤ ਗਰਮ ਹੁੰਦਾ ਜਦੋਂ ਤੁਸੀਂ ਉਹਤੇ ਹੱਥ ਲਾ ਲੈਂਦੇ ਤੁਹਾਨੂੰ 3rd ਡਿਗਰੀ ਬਰਨਸ ਹੋ ਸਕਦੀਆਂ ਭਾਈ ਤੁਹਾਡੀ ਸਾਰੀ ਚਮੜੀ ਗਲ ਸਕਦੀ ਆ ਜੋ ਵੇਖਿਆ ਸੋ ਇਹ ਚੀਜ਼ ਨਾ ਕਰੋ ਜੇ ਤੁਸੀਂ ਇਹ ਪੁੱਠੇ ਕੰਮ ਕਰਨੀ ਆ ਤੇ ਗਲਵਜ਼ ਜ਼ਰੂਰ ਪਾਓ ਮਤਲਬ ਪੂਰਾ ਤਕੜਾ ਕਪੜਾ ਪਾਇਆ ਹੋਣਾ ਚਾਹੀਦਾ ਦੂਜੀ ਗੱਲ ਉਸ ਦਿਨ ਜਿਹੜਾ ਵੀ ਵੀਰ ਭੈਣ ਜਾਣ ਉਹ ਆਪਣੇ ਫੁੱਲ 슬ੀਵ ਕਪੜੇ ਪਾ ਕੇ ਜਾਣ ਕਿਉਂਕਿ ਜਿਹੜੀ ਇਹ ਗੈਸ ਆ ਤੁਹਾਡੀ ਸਕਿਨ ਨੂੰ ਲੱਗ ਸਕਦੀ ਆ ਤੁਹਾਡੀ ਚਮੜੀ ਨੂੰ ਲੱਗ ਸਕਦੀ ਆ ਉੱਥੋਂ ਲੱਗ ਕੇ ਫਿਰ ਤੁਹਾਡੇ ਮੂੰਹ ਜਾਂ ਤੁਹਾਡੇ ਅੰਦਰਾਂ ਚ ਜਾ ਸਕਦੀ ਆ ਫਿਰ ਇੱਕ ਗੱਲ ਜਿਹੜੀ ਆ ਪੇਪਰ ਸਪਰੇ ਇੱਕ ਟੀਅਰ ਗੈਸ ਹੁੰਦੀ ਆ ਪੇਪਰ ਸਪਰੇ ਆ ਪੇਪਰ ਪੇਪਰ ਸਪਰੇ ਵੀ ਮਾਰੀ ਜਾ ਸਕਦੀ ਤੁਹਾਡੇ ਵੱਲ ਹੁਣ ਉਹਦੇ ਵੀ ਬੜੇ ਸਾਨੂੰ ਪਤਾ ਹੀ ਨਹੀਂ ਕਿੰਨੇ ਲੌਂਗ ਟਰਮ ਇਫੈਕਟ ਹੋ ਸਕਦੇ ਆ ਅਗੇਨ ਕਿਸੇ ਦੇ ਪੈਪਰ ਸਪਰੇਅ ਤੁਸੀਂ ਬਜ਼ੁਰਗ ਦੇ ਮਾਰਦੇ ਹੋ ਉਹਨੇ ਉਹਦੀ ਆਵਿਸ਼ਥਾ ਉਹਨੇ ਉਸ ਵੇਲੇ ਉਹਦੇ ਉਹਨੂੰ ਉਹਨੇ ਤੜਫਣਾ ਉਹਨੇ ਦਰਦ ਚ ਔਣਾ ਉਹਦਾ ਸਿੰਪੈਥੈਟਿਕ ਰਿਸਪੌਂਸ ਵਧਣਾ ਉਹਨੂੰ ਹਾਰਟ ਅਟੈਕ ਹੋ ਸਕਦਾ ਉਹਨੂੰ ਉੱਥੇ ਹੀ ਉੱਥੇ ਹੀ ਉਹ ਬੰਦੇ ਦੀ ਮੌਤ ਹੋ ਸਕਦੀ ਆ ਸੋ ਮੈਨੂੰ ਨਹੀਂ ਲੱਗਦਾ ਉਸ ਦਿਨ ਪੈਪਰ ਸਪਰੇਅ ਵੀ ਯੂਜ਼ ਹੋਣੀ ਚਾਹੀਦੀ ਆ ਤੇ ਨਾ ਹੀ ਹੋ ਸਕਦੀ ਜੇ ਜੋ ਮੇਰਾ ਖਿਆਲ ਆ ਤੇ ਸੋ ਉਹ ਵੀ ਚਲੋ ਤੁਹਾਨੂੰ ਅਵੇਅਰ ਕਰ ਰਿਆ ਪੈਪਰ ਸਪਰੇਅ ਉਹਨ ਲੋਕ ਕਿਹ ਵੀ ਦੁੱਧ ਦੁੱਧ ਦੇ ਛਿੱਟੇ ਮਾਰਦੇ ਆ ਦੁੱਧ ਦੇ ਛਿੱਟੇ ਮਾਰਨ ਦੀ ਲੋੜ ਕੋਈ ਨਹੀਂ ਉਹਦੇ ਨਾਲ ਕੁਝ ਨਹੀਂ ਹੁੰਦਾ ਸਭ ਤੋਂ ਜਿਹੜੀ ਵਧੀਆ ਚੀਜ਼ ਆ ਪਾਣੀ ਤੇ ਪਾਣੀ ਦੇ ਛਿੱਟੇ ਮਾਰੋ 15 30 ਮਿੰਟ ਕਿਉਂਕਿ ਦਾ ਅਸਰ 30 ਮਿੰਟ ਤੋਂ 45 ਮਿੰਟ ਰਹਿੰਦਾ ਜਿਹੜੀ ਇਸ ਗੈਸ ਹੁੰਦੀ ਆ ਸੋ ਤੁਸੀਂ 15 30 ਮਿੰਟ ਹੁਣ ਤੁਸੀਂ ਕਹੋਗੇ ਯਾਰ ਉੱਥੇ ਮੈਦਾਨ ਚ ਮੈਂ ਪਾਣੀ ਕਿੱਥੋਂ ਲੱਭਾਂ ਗੱਲ ਤੇ ਉਹੀ ਆ ਗਈ ਨਾ ਇੱਕ ਹੋਰ ਜਿਹੜਾ ਤਰੀਕਾ ਵਾ ਉਹ ਆ ਆਪਣੀਆਂ ਜਿਹੜੀਆਂ ਅੱਖਾਂ ਵਾ ਉਹਨਾਂ ਨੂੰ ਬੰਦ ਕਰਕੇ ਚਮਕੋ ਤੇ ਇੱਥੇ ਚਮਕੋ ਤੁਹਾਡਾ ਸਰੀਰ ਆਪ ਹੀ ਇੱਕ ਲੂਬ੍ਰੀਕੇਸ਼ਨ ਪ੍ਰੋਡਿਊਸ ਕਰਦਾ ਕਿ ਜਿਹਦੇ ਨਾਲ ਤੁਹਾਡੀਆਂ ਜਿਹੜੀਆਂ ਅੱਖਾਂ ਵਾ ਉਹ ਮਲੈਮ ਰਹਿਣਗੀਆਂ ਤੇ ਜਿਹੜੀ ਉਹ ਗੈਸ ਦਾ ਜਿਹੜਾ ਅਸਰ ਆ ਉਹ ਛੇਤੀ ਮੁੱਕ ਜਾਂ ਜੋ ਅਸੀਂ ਪਹਿਲੀ ਵਾਰੀ ਜੋ ਹੋਇਆ ਉਹ ਤੋਂ ਵੇਖਿਆ ਲੋਕਾਂ ਨੂੰ ਕਿ ਲੋਕੀ ਆਪਣੀ ਅੱਖਾਂ ਰੱਬ ਕਰਨ ਲੱਗ ਪੈਂਦੇ ਆ ਇਹ ਵੀ ਬਹੁਤ ਵੱਡੀ ਗਲਤ ਆ ਗਲਤ ਚੀਜ਼ ਆ ਕਿਉਂਕਿ ਜਦੋਂ ਤੁਸੀਂ ਰੱਬ ਕਰਦੇ ਹੋ ਤੁਸੀਂ ਉਹਦਾ ਇਫੈਕਟ ਹੋਰ ਵਧਾ ਦਿੰਦੇ ਜੋ ਸੋ ਕਦੇ ਵੀ ਆਪਣੀਆਂ ਅੱਖਾਂ ਨਾਲ ਮળો ਕਦੇ ਵੀ ਜਿਹੜੇ ਕੱਪੜੇ ਪਾਏ ਆ ਜਦੋਂ ਤੁਸੀਂ ਲਾਉਂਦੇ ਹੋ ਕਿਉਂਕਿ ਕੱਪੜਾ ਤੇ ਵੀ ਚਲ ਜਾਂਦੀ ਆ ਫਿਰ ਬਾਅਦ ਚ ਅੱਖਾਂ ਤੱਕ ਜਾ ਸਕਦੀ ਆ ਜਦੋਂ ਤੁਸੀਂ ਕੱਪੜੇ ਲਾਉਣੇ ਆ ਤੇ ਆਪਣੀ ਅੱਖਾਂ ਤੇ ਦੂਰ ਰੱਖਣਾ ਤੇ ਜਿਹੜੇ ਕੱਪੜੇ ਲਾਉਣੇ ਜ਼ਰੂਰੀ ਆ ਕਿਉਂਕਿ ਕੱਪੜਾ ਤੁਹਾਡੇ ਸਰੀਰ ਫਿਰ ਅਗਾਂਹ ਅੰਗਾਂ ਤੇ ਲੱਗ ਸਕਦੀ ਆ ਆਪਣੇ ਤੁਹਾਡੇ ਅੱਖਾਂ ਤੇ ਲੱਗ ਸਕਦੀ ਮ ਉਹ ਤੀਜੀ ਚੀਜ਼ ਜਿਹੜੀ ਬਹੁਤ ਕਾਮਨਲੀ ਯੂਜ਼ ਹੁੰਦੀ ਆ ਉਹ ਆ ਪਾਣੀ ਦੀਆਂ ਬਿਛਾਰਾਂ ਤੇ ਲੋਕਾਂ ਨੂੰ ਇਹ ਦੱਸਦਾ ਕਿ ਇਹ ਬਿਛਾਰਾਂ ਦਾ ਜਿਹੜਾ ਪ੍ਰੈਸ਼ਰ ਹੁੰਦਾ ਬਹੁਤ ਤੇਜ਼ ਹੁੰਦਾ ਤੁਹਾਡੇ ਸਿਰ ਤੇ ਤੁਹਾਨੂੰ ਤੁਹਾਡੇ ਜੇ ਵਾਜੇ ਤੁਸੀਂ ਡਿੱਗ ਪੋ ਤੁਹਾਡੇ ਸਿਰ ਤੇ ਇੰਜਰੀ ਹੋ ਸਕਦੀ ਆ ਤੁਹਾਡੇ ਅੱਖਾਂ ਤੇ ਵਾਜ ਸਕਦੀ ਆ ਤੁਹਾਡੀ ਰੋਸ਼ਨੀ ਜਾ ਸਕਦੀ ਆ ਔਰ ਬਹੁਤ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਪਿਛਲੇ ਆ 60 ਦਿਨਾਂ ਚ ਬਹੁਤ ਕੁਝੇ ਕੁਝ ਵੇਖਿਆ ਇੱਥੇ ਆਹੋ ਜਿਹੜੀਆਂ ਇੰਜਰੀ ਜਿਹੜੀਆਂ ਉੱਥੇ ਹੋਈਆਂ ਇੱਕ ਬੰਦਾ ਸੀ ਉਹਦੇ ਰੋਡ ਪਈ ਹੀ ਬਾਹਾਂ ਚ ਉਹਨੂੰ ਉਹ ਇੱਥੇ ਪੁੱਸਦੀ ਜਿਹੜੀ ਰੋਡ ਉੱਤੇ ਉਹਦੇ ਛੋਟੀ ਵਜੀ ਉਹਦੇ ਵਿਚਾਰੇ ਜੇ ਇਨਫੈਕਸ਼ਨ ਹੋ ਗਈ ਉਹਦੀ ਬਾਹ ਵਡਣੀ ਪਈ ਬਾਅਦ ਚੋ ਸੋ ਐਸੇ ਐਸੇ ਚੀਜ਼ਾਂ ਹੋਈਆਂ ਮੈਂ ਵੇਖੋ ਕਿ ਇਹਨੂੰ ਡਰਾਉਂ ਨਹੀਂ ਦਿਆ ਪਰ ਕੁਝ ਵੀ ਤੁਸੀਂ ਮੈਂ ਸਰਕਾਰ ਨੂੰ ਵੀ ਚੇਤਾਵਨੀ ਦੇਣਾ ਮੈਂ ਲੋਕਾਂ ਨੂੰ ਵੀ ਦੇਣਾ ਕਿ ਬਹੁਤ ਧਿਆਨ ਨਾ ਹੁਣ ਜਿਹੜਾ ਠੰਡ ਦਾ ਮੌਸਮ ਆ ਹੁਣ ਸਾਨੂੰ ਸਾਰਿਆਂ ਨੂੰ ਪਤਾ 25 26 27 ਤਰੀਕ ਨੂੰ ਇੱਥੇ ਹੋ ਸਕਦਾ ਦਿੱਲੀ ਚ ਮੀਂਹ ਪਵੇ ਬਹੁਤ ਕਹਿਰ ਦੀ ਠੰਡਿਆ ਤੇ ਉਧਰੋਂ ਤੁਸੀਂ ਬਜ਼ੁਰਗਾਂ ਦੇ ਉੱਤੇ ਪਾਣੀ ਠੰਡਾ ਪਾਣੀ ਪਾਉਂਦੇ ਹੋ ਅੱਗੇ ਨੇ ਕਿਤਰਾ ਕਿਤੇ ਇਨਸਾਨੀਅਤ ਦੇ ਖਿਲਾਫ ਆ ਤੇ ਮੈਨੂੰ ਲੱਗਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਐਜ਼ ਅ ਡਾਕਟਰ ਮੈਨੂੰ ਲੱਗਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੋ ਤਿੰਨੇ ਚੀਜ਼ਾਂ ਜਿਹੜੀਆਂ ਮੈਂ ਕਾਊਂਟ ਕਰੀਆਂ ਐ ਇਸ ਟਾਈਮ ਦੀ ਮੋਸਟ ਕਾਮਨ ਚੀਜ਼ਾਂ ਵਾਂ ਬਾਕੀ ਅਗੇਨ ਜਿਹੜੇ ਵੀਰ ਅਸੀਂ ਟਿਕਰੀ ਵੱਲ ਸਾਡਾ ਜੋ ਸਾਨੂੰ ਪਤਾ ਨਹੀਂ ਅਜੇ ਕੀ ਪਲਾਨ ਬਣਨੇ ਕੀ ਨਹੀਂ ਪਰ ਮੋਸਟ ਲਾਈਕਲੀ ਅਸੀਂ ਟਿਕਰੀ ਤੇ ਹੀ ਸਾਡੀ ਐਮਬੂਲੈਂਸਾਂ ਹੋਣਗੀਆਂ ਅਸੀਂ ਆਪਣੇ ਨੰਬਰ ਜਾਰੀ ਕਰਾਂਗੇ ਜੇ ਕਦੀ ਕੋਈ ਨਾ ਖੁਦ ਨਾਲ ਖਾਸ ਤਾਂ ਕੋਈ ਚੀਜ਼ ਹੁੰਦੀ ਤੁਸੀਂ ਸਾਡੀ ਟੀਮਸ ਨੂੰ ਕੰਟੈਕਟ ਕਰ ਸਕੋਗੇ ਉਸ ਦਿਨ ਅ ਬਾਕੀ ਅਗੇਨ ਫਰਸਟ ਏਡ ਟ੍ਰੇਨਿੰਗ ਵੀ ਦਿੱਤੀ ਜਾਊ ਆਪਰੇ ਵੱਲੋਂ ਜੋ ਕਰਸਾਈ ਦੇ ਕਰੋ ਪਰ ਹਰ ਇੱਕ ਬੰਦੇ ਨੂੰ ਉਸ ਦਿਨ ਵਿਜੀਲੈਂਟ ਰੈਣਾ ਪਊਗਾ ਤੇ ਅੱਜ ਤੋਂ ਹੀ ਤੁਹਾਨੂੰ ਵਿਜੀਲੈਂਟ ਰੈਣਾ ਪਊਗਾ ਕਿਉਂਕਿ ਜੋ ਚੀਜ਼ਾਂ ਸਿੰਘੂ ਬਾਰਡਰ ਤੋਂ ਆਈਆਂ ਜਿਹੜੀਆਂ ਚੀਜ਼ਾਂ ਬਾਹਰ ਆਈਆਂ ਕਿ ਕੁਝ ਕੁਝ ਲੋਕ ਕਿਸੇ ਦਾ ਕਤਲ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਜੋ ਵੀ ਹਰ ਇੱਕ ਬੰਦੇ ਨੂੰ ਆਪਣਾ ਪਹਿਰਾ ਦੇਣਾ ਪਊਗਾ ਹਲੇ ਦੁਆਲੇ ਅਸੀਂ ਪਹਿਲੇ ਦਿਨ ਤੋਂ ਕਿਹਾ ਕਿ ਵੇਖੋ ਸਿਲੰਡਰ ਆ ਹਰ ਇੱਕ ਟਰਾਲੀ 'ਚ ਹਰ ਇੱਕ ਕਿਤਨਾ ਕਿਤੇ ਆ ਇੱਥੇ ਮਕੈਨਿਕਾ ਦੀ ਲੋੜ ਆ ਇੱਥੇ ਕਿਤਨਾ ਕਿਤੇ ਆ ਜਿਹੜੇ ਫਾਇਰ ਹਾਈਡਰੈਂਟਸ ਦੀ ਲੋੜ ਆ ਫਾਇਰ ਐਕਸਟਿੰਗੁਇਸ਼ਰ ਦੀ ਲੋੜ ਆ ਅਸੀਂ ਤੇ ਇੱਥੇ ਰੱਖਿਆ ਆਪਣੀ ਬਿਲਡਿੰਗ ਚ ਕਈ ਲੋਕਾਂ ਨੇ ਬਹੁਤ ਵਧੀਆ ਤਰ੍ਹਾਂ ਰੱਖਿਆ ਆ ਜੇ ਕੋਈ ਐਨ ਜੀਓਜ਼ ਆ ਬਾਹਰ ਦੀਆਂ ਕੰਪਨੀਆਂ ਵਾ ਬਾਹਰ ਦੇ ਲੋਕ ਆ ਉਹ ਚੀਜ਼ਾਂ ਇਹ ਚੀਜ਼ਾਂ ਵੱਲ ਧਿਆਨ ਦੇਣ ਪਾਣੀ ਦੀ ਆ ਇੱਥੇ ਪਾਣੀ ਦੀ ਬਹੁਤ ਲੋੜ ਆ ਆ ਬਾਕੀ ਵੇਖੋ ਸਾਡਾ ਅਸੀਂ ਮਿਹਨਤ ਕਰ ਰਹੇ ਆ ਆਪਣੇ ਵੱਲੋਂ ਦਿਨ ਰਾਤ ਇਹ ਕੀਤੀ ਆ ਸਾਡੀ ਆ ਜਿਹੜੀ ਤੁਸੀਂ ਟੀਮ ਵੇਖ ਸਕਦੇ ਹੋ ਇਹ ਮਤਲਬ ਕਿ ਜਿੱਤੇ ਸਾਡੀ ਮਤਲਬ 10% 5% ਟੀਮ ਆ ਜਿਨ੍ਹਾਂ ਨੇ ਦਿਨ ਰਾਤ ਇਹ ਕੀਤਾ ਆ ਚੀਜ਼ ਨੂੰ ਬਣਾਉਣ ਦੇ ਲਈ ਬਾਕੀ ਮੈਂ ਬ੍ਰਾਹਟ ਸਾਹਿਬ ਨਾਲ ਸਾਡੀ ਗੱਲ ਕਰਾਉਂਗਾ ਸਾਡੇ ਜਿਹੜੇ ਮੇਨ ਇਥੋਂ ਦੇ ਮੈਂ ਕੇਅਰ ਟੈਕਨਿਕ ਹਾਂਗਾ ਭਰਾ ਆ ਮੇਰਾ ਵੱਡਾ ਤੇ ਜਿਹੜਾ ਬੰਦ ਕਿ ਇਤੋਂ ਦੀ ਇਸ ਵੇਲੇ ਜਿਹੜੀ ਰਿਸਪੌਂਸਿਬਿਲਟੀ ਇਹਨਾਂ ਦੇ ਹੱਥ ਆ ਤੇ ਵੈਸੇ ਤੇ ਸਾਰੇ ਅਸੀਂ ਕੋਈ ਜਿੱਕਿਆ ਕਿਹਾ ਕਿ ਕਹ ਤੂੰ ਕੱਟ ਰੀ ਪਰ ਫਿਰ ਵੀ ਇਹਨਾਂ ਦੀ ਗੱਲ ਮੰਨਦੇ ਆ ਕੋਈ ਕਿਸੇ ਦੇ ਹੱਥ ਤੁਹਾਨੂੰ ਆਪਣੀ ਕਮਾਂਡ ਰੱਖਣੀ ਪੈਂਦੀ ਆ ਜੇ ਤੁਸੀਂ ਅੱਗੇ ਚੱਲਣਾ ਦੇ ਸੋ ਬਾਈ ਹੁਣਾਂ ਨੇ ਬਹੁਤ ਵਧੀਆ ਕੰਮ ਕੀਤਾ ਆਪਣਾ ਥੋੜਾ ਐਕਸਪੀਰੀਅੰਸ ਦੱਸ ਦਿਓ ਵੀਰੇ ਕੀ ਤੁਹਾਡਾ ਇੱਥੇ ਐਕਸਪੀਰੀਅੰਸ ਰਿਹਾ ਜਾਂ ਜਿਹੜੇ ਨਵੇਂ ਲੋਕ ਆ ਰਹੇ ਆ ਹਨਾ ਹੁਣ ਪਿੰਡਾਂ ਤੋਂ ਆਉਂਦੇ ਆ ਅੱਜ ਆਪਣੇ ਕੋ ਕਿੰਨੇ ਲੋਕ ਆਏ ਮੈਟਰਸ ਲੈਣ ਉਹਨਾਂ ਨੂੰ ਤੁਹਾਨੂੰ ਤੁਸੀਂ ਕੋਈ ਸਲਾਹ ਦੇਣਾ ਚਾਹੁੰਦੇ ਹੋ ਜਾਂ ਉਦਾਂ ਹੀ ਕੋਈ ਗੱਲਬਾਤ ਲੋਕਾਂ ਨੂੰ ਕੀ ਹੋਰ ਅਵੇਅਰ ਕਰ ਲਈ ਕਿ ਤੁਸੀਂ ਸਿਆਣੇ ਬਣੋ ਜਾਂ 26 ਤਰੀਕ ਲਈ ਕਿੱਦਾਂ ਕੋਈ ਰੈਡੀ ਹੋ ਸਕਦਾ ਐਕਸਪੀਰੀਅੰਸ ਇਹੀ ਰਿਹਾ ਜੀ ਡਾਕਟਰ ਸਾਹਿਬ ਮਿਲ ਕੇ ਬਹੁਤ ਅੱਛਾ ਲੱਗਿਆ ਪਰ ਮੈਂ ਹੁਣ ਜਿਹੜਾ ਆਪਣੇ ਨੌਜਵਾਨ ਵੀਰਾਂ ਨੂੰ ਇਹ ਅਪੀਲ ਕਰੂੰਗਾ ਵੀ ਉਹ ਪਿਆਰ ਨਾਲ ਤੇ ਸੰਜਮ ਨਾਲ ਚੱਲਣ 26 ਤਰੀਕ ਨੂੰ ਉਹ ਹੁੱਲੜ ਪਾਜੀ ਨ ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਹੁੱਲੜ ਬਾਜੀ ਕਰ ਰਹੇ ਤੇ ਇਹ ਅੰਦੋਲਨ ਖਤਮ ਕਰੀਏ ਆਪਾਂ ਤਾਂ ਪਹਿਲਾਂ ਕਰੋ ਆਖੇ ਤੁਰੇ ਸੀ ਅਸੀਂ 6 ਮਹੀਨੇ ਰਾਹੇ ਸਾਡੀਆਂ ਟਰਾਲੀਆਂ 'ਚ ਆ ਤੇ 6 ਮਹੀਨੇ ਦੇ ਸਾਲ ਜੇ ਅੱਗੇ ਆਪਣੇ ਚਾਚਾ ਜੀ ਸਿੰਘ ਹੀ ਹੋਰੀ 9 ਮਹੀਨੇ ਲਾ ਸਕਦੇ ਤੇ ਆਪਾਂ ਨੂੰ 2-3 ਸਾਲ ਲਾਉਣ ਚ ਕੀ ਹਰਜਾ ਹੁਣ ਤਾਂ ਆਪਣੇ ਕੋਲ ਸਾਧ ਨਹੀਂ ਆਣੇ ਵੀ ਤੁਸੀਂ ਅੰਦਾਜ਼ਨ ਲਾ ਸਕਦੇ ਨਾ ਕੋਈ ਬੰਦਾ ਭੁੱਖਾ ਸੌਂਦਾ ਤੇ ਨਾ ਹੀ ਕੋਈ ਹੋਰ ਬਾਕੀ ਗੱਲ ਹੋਰ ਮੈਂ ਕਹੂੰਗਾ ਵੀ ਜ਼ਿੰਮੇਵਾਰੀਆਂ ਕਹਿੰਦੇ ਆ ਕਿ ਸਿਆਣੇ ਰਾਈਟਰ ਨੇ ਆਖਿਆ ਵੀ ਜ਼ਿੰਮੇਵਾਰੀਆਂ ਉਸੇ ਮੋੜਿਆਂ ਤੇ ਆਉਂਦੀਆਂ ਜਿਹੜੇ ਮੋੜੇ ਹੁਣ ਚੱਕ ਸਕਦੇ ਆ ਸੋ ਇਹ ਮੋਢੇ ਉਹ ਆ ਜਿਹੜੇ ਜ਼ਿੰਮੇਵਾਰ ਨੂੰ ਚੱਕ ਸਕਦੇ ਆ ਧੰਨਵਾਦ ਜੀ ਸੋ ਮੈਂ ਬਾਈ ਨੇ ਬੜੇ ਮਤਲਬ ਕਿ ਛੋਟੇ ਕਿਉਂਕਿ ਲਵਜ਼ ਛੋਟੇ ਮਤਲਬ ਵੱਡੇ ਹੁੰਦੇ ਆ ਪਰ ਗੱਲ ਛੋਟੀ ਆ ਵੀਰ ਹਣੀ ਮੈਂ ਸੱਚੀ ਦੱਸਾਂ ਜਿੰਨੇ ਇੱਥੇ ਬਈ ਆਪਣੇ ਹੋਰ ਜਿਹੜੇ ਕਈ ਵੀਰ ਇਸ ਵੇਲੇ ਬਾਹਰ ਡਿਊਟੀ ਦੇ ਜਾਂਦੇ ਆ ਦਿਨ ਰਾਤ ਇੱਕ ਕਰਦੇ ਯਾਰ ਸੱਚੀ ਅਸੀਂ ਸਾਡੇ ਜੇ ਤੁਸੀਂ ਸਾਨੂੰ ਅਸੀਂ ਕਿਤੇ ਤੋਂ ਕੁਝ ਨਹੀਂ ਮੰਗਦੇ ਪਰ ਸਾਡੀ ਅਰਦਾਸ ਜ਼ਰੂਰ ਕਰਿਓ ਕਿਉਂਕਿ ਅਸੀਂ ਆਪਣੇ ਵੱਲੋਂ ਤਨ ਮਾਨਾ ਦਿਲੋਂ ਕੰਮ ਕਰਦੇ ਆ ਪਰ ਸਾਨੂੰ ਵੀ ਲੱਗਦਾ ਕਈ ਵਾਰੀ ਕਿਤੇ ਸਾਡ ਕੋਈ ਗਲਤੀ ਨਾ ਹੋ ਜੇ ਮਤਲਬ ਸੱਚੇ ਹੀ ਡਰਦੇ ਆ ਇਹ ਗੱਲ ਤੋਂ ਕਿਉਂਕਿ ਰੱਬ ਨੇ ਵਾਹਿਗੁਰੂ ਨੇ ਇੰਨੀ ਸੜ ਤੇ ਕਿਰਪਾ ਕਰਤੀ ਨਾ ਹੋਂ ਤੱਕ ਜਿੰਨੇ ਵੀ ਅਸੀਂ ਕੰਮ ਕਰਨੇ ਚਾਹੀ ਜਿੰਨੀ ਵੀ ਅਸੀਂ ਸੇਵਾ ਕਰਨੀ ਚਾਹੀਦੀ ਉਹ ਸਾਰਾ ਕੋਈ ਸਾਰੇ ਕੰਮ ਹੋਏ ਪਰ ਕਿਤੇ ਸਾਡ ਮਤਲਬ ਕਿ ਸਾਨੂੰ ਫਿਰ ਵੀ ਸਾਡੇ ਲਈ ਅਰਦਾਸ ਜਰੂਰ ਕਰੋ ਕਿ ਇਹੋ ਹੀ ਤੇਜੀ ਨਾਲ ਆਪਣੇ ਕੰਮ ਕਰੀ ਜਾਈਏ ਆਪਣੀ ਕੌਮ ਦੀ ਸੇਵਾ ਕਰੀ ਜਾਈਏ ਆਪਣੇ ਬਜ਼ੁਰਗਾਂ ਦੀ ਸੇਵਾ ਕਰੀ ਜਾਈਏ ਬਾਕੀ ਇੱਕ ਹੋਰ ਮੇਰਾ ਛੋਟਾ ਭਾਂਡ ਜਾਵਾ 15 ਸਾਲ ਦਾ ਉਮਰ ਵੇਖ ਲਓ 15 ਸਾਲ ਦੀ ਉਮਰ ਆ 4 ਹਫਤੇ ਪਹਿਲਾਂ ਇੱਥੇ ਆਇਆ ਸੀ ਆਪਣੇ ਮਾਮ ਡੈਡ ਨਾਲ ਉਹਨਾਂ ਨੂੰ ਕਹਿੰਦਾ ਮੈਂ ਨਹੀਂ ਵਾਪਸ ਜਾਣਾ ਬਾਈ ਹੁਣ ਠੀਕ ਹੈ ਕਈ ਕਈ ਵਾਰੀ ਤੰਗ ਵੀ ਕਰਦਾ ਤੇ ਪਰ ਉਹਵੇਂ ਮਤਲਬ ਸਾਡੀ ਬਾਹ ਆ ਮਤਲਬ ਜੋ ਵੀ ਸਾਨੂੰ ਹੁਣ ਇਹ ਦੱਸ ਸਕਦਾ ਵੀਰੇ ਕਈ ਲੋਕ ਵੇਲਾ ਪੰਜਾਬ ਚ ਦੂਰ ਬੈਠੇ ਦੁਨੀਆ ਦੇ ਉਹ ਡਰਦੇ ਆ ਹਨਾ ਉਹ ਡਰਦੇ ਆ ਕਿ ਯਾਰ ਉੱਥੇ ਜਾਵਾਂਗੇ ਕੀ ਹੋਊਗਾ ਕੀ ਨਹੀਂ ਹੋਊਗਾ ਤੂੰ ਆਪਣੀਆਂ ਗੱਲਾਂ ਤੂੰ ਛੋਟੀ ਉਮਰ ਆ ਤੇਰੀ ਤੂੰ ਆਪਣੇ ਆਪਣੇ ਹਿਸਾਬ ਨਾਲ ਦੱਸ ਦੇ ਕਿ ਤੂੰ ਨਹੀਂ ਡਰਦਾ ਯਾਰ ਜਾਂ ਤੈਨੂੰ ਕੀ ਲੱਗਦਾ ਜਿਹੜੇ ਘਰੇ ਬੈਠੇ ਉਹਨਾਂ ਨੂੰ ਤੂੰ ਕੀ ਕੀ ਉਹਨਾਂ ਨੂੰ ਪੁੱਛਣਾ ਜਾਊਗਾ ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਗਾ ਯਾਰ ਕੋਈ ਇੱਥੇ ਛੋਟਾ ਵੱਡਾ ਨਹੀਂ ਕਿਹਾ ਮੈਂ ਤਾਂ ਕਹਿਣਾ ਮੇਰੇ ਜਿਹੜੇ ਨਾਲ ਦੇ ਆ ਉਹ ਵੀ ਇੱਥੇ ਆਓ ਸਾਨੂੰ ਇੱਥੇ ਮਤਲਬ ਵਲੰਟੀਅਰਸ ਦੀ ਲੋੜ ਆ ਹੁਣ ਮੈਂ ਵੀ ਵਲੰਟੀਅਰ ਬਣਿਆ ਹੀ ਆ ਤੇ ਆਹ ਸਾਰੀ ਮੇਰੀ ਟੀਮ ਆ ਜਿਹੜੇ ਮਤਲਬ ਆਪ ਹੀ ਮੈਂ ਸलो ਟਰਾਲੀਆਂ ਚ ਲੱਭ ਕੇ ਮੈਂ ਕਿਹਾ ਬਾਈ ਆ ਜੂ ਤੇ ਇਹਨਾਂ ਨੇ ਵੀ ਕਿਆ ਕਹਿੰਦੀ ਯਾਰ ਕੋਈ ਨਹੀਂ ਯਾਰ ਤੂੰ ਵੀ ਤਾਂ ਕਰੀ ਜਨਾ ਅਸੀਂ ਵੀ ਕਰ ਲਾਂਗੇ ਤਾਂ ਮਤਲਬ ਮੈਂ ਤਾਂ ਕਹਿਣਾ ਇੱਥੇ ਵੱਧ-ਵੱਧ ਆਓ ਇੱਥੇ ਮਤਲਬ ਪਿਆਰ ਨਾਲ ਸਾਰਾ ਕੁਝ ਹੋਈ ਜਾਂਦਾ ਬਾਹਰ ਕਹਿੰਦੇ ਆ ਕਭੀ ਆਏ ਆ ਇੱਥੇ ਹਥਿਆਰ ਲੈ ਆਏ ਗਏ ਆ ਲਿਆ ਗਏ ਕੁਝ ਨਹੀਂ ਤੇ ਅਸੀਂ ਵੱਧਵਾਦ ਥੈਂਕਫੁਲ ਕਰਦੇ ਆ ਮਾਮਾਈ ਦਾ ਜਿਵੇਂ ਮਤਲਬ ਸਾਨੂੰ ਫਾਇਰਵਰ ਹਾਰਟਸ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਤੇ ਅਸੀਂ ਅੱਗੇ ਵੀ ਇਹਨਾਂ ਨੂੰ ਐਂ ਕਹਿੰਨੇ ਆ ਕਿ ਵੀ ਜਦੋਂ ਫਾਇਰਵਰ ਹਾਰਟਸ ਤੇ ਨੂੰ ਸਾਡੀ ਲੋੜ ਹੋਵੇ ਅਸੀਂ ਉੱਥੇ ਆਵਾਂਗੇ ਬਸ ਥੈਂਕ ਯੂ ਲੇਕੋ ਨਰਾ ਠੀਕ ਹੈ ਫਾਇਰਵਰ ਹਾਰਟ ਇੱਕ ਨਾਮ ਆ ਗਿਆ ਪਰ ਐਕਚੁਅਲੀ ਜਿਹੜਾ ਸਾਡਾ ਮੇਨ ਹੈ ਨਾ ਜਿਹੜਾ ਕਾਲਪੁਰਖ ਉਹ ਆ ਉਹਦੇ ਥੱਲੇ ਅਸੀਂ ਆਉਣਾ ਵਾਈ ਗੁਰੂ ਦੇ ਜਦੋਂ ਉਹਨਾਂ ਨੇ ਸਾਨੂੰ ਬੁਲਾਉਣਾ ਅਸੀਂ ਆਉਣਾ ਬਾਕੀ ਇੱਕ ਹੋਰ ਮੈਂ ਕਿਉਂਕਿ ਤੁਸੀਂ ਵੀ ਵੇਖਦੇ ਹੋ ਯਾਰ ਬਿਲਡਿੰਗ ਕਿੱਦਾਂ ਚਲਾਈ ਜਾਂਦੇ ਆ ਨਾ ਬਿਲਡਿੰਗ ਦੇ ਪਿੱਛੇ ਬਹੁਤ ਹੱਥ ਆ ਹੁਣ ਮੇਰਾ ਵੀਰ ਪਿੱਛੇ ਗੱਗੀ ਵੀਰ ਜਿੰਨਾ ਵੀ ਤੁਸੀਂ ਆ ਬਿਲਡਿੰਗ ਦੇ ਵਿੱਚ ਜਿੰਨਾ ਵੀ ਇਲੈਕਟ੍ਰਿਕ ਕੰਮ ਹੋਇਆ ਟਿਊਬਾਂ ਦਾ ਕੰਮ ਹੋਇਆ ਆ ਬਾਈ ਨੇ ਆਪਣੇ ਹੱਥਾਂ ਨਾਲ ਕੀਤਾ ਤੇ ਇਹ ਨਹੀਂ ਕਿ ਅਸੀਂ ਅਸੀਂ ਲੱਭ ਕੇ ਲਿਆਂਦਾ ਇਹਨਾਂ ਨੂੰ ਕਿਤੇੋਂ ਜਾਂ ਅਸੀਂ ਇਹਨਾਂ ਨੂੰ ਕੋਈ ਪੈਸਾ ਦਿੱਤਾ ਜਾਂ ਕੋਈ ਐਸੀ ਗੱਲ ਆ ਬੰਦੇ ਦੀ ਆਪਣੀ ਭਾਪ ਸਵੇਰ ਤੋਂ ਲੈ ਕੇ ਰਾਤ ਤੱਕ ਇੱਥੇ ਵੀ ਕਰਦੇ ਆ ਕੋਈ ਬੰਦਾ ਕਿਤੇ ਵੀ ਟਿਕਰੀ ਇਹਨਾਂ ਨੂੰ ਬੁਲਾ ਲੇ ਉੱਥੇ ਵੇਲੇ ਪਹੁੰਚ ਜਾਂਦੇ ਆ ਸੋ ਯਾਰ ਇਦਾਂ ਜਿੱਦਾਂ ਮੈਨੂੰ ਕਿਸੇ ਨੇ ਨਹੀਂ ਬੁਲਾਇਆ ਜੇ ਤੁਸੀਂ ਘਰੇ ਬੈਠੇ ਹੋ ਤੁਸੀਂ ਸੋਚਦੇ ਯਾਰ ਮੈਨੂੰ ਕੋਈ ਬੁਲਾਊਗਾ ਜਿੱਦਾਂ ਆਪਣੇ ਆਮ ਕੇਵਰੀ ਹੁੰਦਾ ਲੋਕਾਂ ਦਾ ਯਾਰ ਇੱਥੇ ਕਿਹਨੇ ਨਹੀਂ ਬੁਲਾਉਣਾ ਕੰਮ ਆਪੇ ਲੱਭਣਾ ਪੈਣਾ ਆਪੇ ਲੱਭ ਕੇ ਉੱਥੇ ਜਾਣਾ ਪੈਣਾ ਤੇ ਹੋ ਸਕਦਾ ਜਿੱਥੇ ਜਾਓ ਉੱਥੇ ਲੋਕ ਤੁਹਾਨੂੰ ਪਹਿਲਾਂ ਭਜਾਉਣ ਕਿਉਂਕਿ ਉੱਥੇ ਹਰ ਇੱਕ ਥਾਂ ਤੇ ਪੋਲਿਟਿਕਸ ਹੁੰਦੀ ਜੋ ਵੀ ਆ ਪਰ ਤੁਹਾਨੂੰ ਆਪਣਾ ਰਾਹ ਆਪੇ ਲੱਭਣਾ ਪੈਣਾ ਤੁਹਾਨੂੰ ਆਪਣਾ ਕੰਮ ਕਿਉਂਕਿ ਜਦੋਂ ਜੇ ਤੁਹਾਡਾ ਕੰਮ ਸੇਵਾ ਵਾ ਆਪਣੇ ਬਜ਼ੁਰਗਾਂ ਦੀ ਤੁਸੀਂ ਆਪੇ ਫਿਰ ਆਪਣਾ ਰਾਹ ਲੱਭਣਾ ਲੋਕਾਂ ਨੇ ਤੁਹਾਨੂੰ ਆਪੇ ਕਹਿਣਾ ਬਈ ਹਾਂ ਬੱਲੇ ਬੱਲੇ ਬਾਕੀ ਵੀਰ ਦੀ ਵੀਰ ਦੀ ਮੈਂ ਦੇਣ ਨਹੀਂ ਦੇ ਸਕਦਾ ਕਿਉਂਕਿ ਜੇ ਇੱਥੇ ਰਾਤ ਨੂੰ ਬੀਬੀਆਂ ਰਹਿੰਦੀਆਂ ਜਾਂ ਅਸੀਂ ਵੀ ਰਹਿੰਦੇ ਆ ਤੇ ਜਿਹੜੀ ਲਾਈਟ ਆ ਬਹੁਤ ਜ਼ਰੂਰੀ ਹੁੰਦੀ ਆ ਸੋ ਬਾਈ ਤੂੰ ਤੇ ਸਾਡਾ ਇੱਥੇ ਰੋਸ਼ਨ ਮਤਲਬ ਚਾਨਮਿਨਾਰ ਕਹਿੰਦੇ ਆ ਨਾ ਤੇ ਤੁਸੀਂ ਆਪਣੇ ਬਾਰੇ ਦੱਸੋ ਕਿ ਮਤਲਬ ਕਿ ਕੋਈ ਕੋਈ ਜਿਹੜੇ ਯੂਥ ਆ ਤੁਸੀਂ ਹੁਣ ਕੰਮ ਕਰਦੇ ਤੁਸੀਂ ਜਾ ਕੇ ਹੁਣ ਇਹ ਵੀ ਬੰਦਾ ਬਾਈ ਆਪਣੇ ਘਰਾਂ 'ਚ ਕੰਮ ਕਰ ਸਕਦੇ ਹੈ ਨਾ ਪਹਿਲੇ ਕਮਾ ਸਾ ਤਾਂ ਇਹੀ ਛੱਡ ਕੇ ਆਏ ਆਪਣੀ ਜੌਬਾਂ ਭਾਈ ਵੀ ਆਪਣੀ ਕੰਮ ਛੱਡ ਕੇ ਆਇਆ ਤੇ ਤੂੰ ਇਹ ਨਾ ਸੋਚੋ ਕਿ ਸਾਡੇ ਕੋਲ ਸਾਰੇ ਕੋਈ ਅਸੀਂ ਬਹੁਤ ਮੀਰ ਆ ਕੋਈ ਮੀਰ ਬੰਦੇ ਨਹੀਂ ਅਸੀਂ ਪਰ ਤਾਂ ਵੀ ਸਾਨੂੰ ਸਾਨੂੰ ਆਪਣੇ ਬਜ਼ੁਰਗਾਂ ਦਾ ਦਰਦ ਆ ਉਹਦੇ ਕਰਕੇ ਅਸੀਂ ਇੱਥੇ ਆਏ ਆ ਭਾਈ ਤੂੰ ਦੱਸ ਦੇ ਕੋਈ ਗੱਲ ਬਾਤ ਯਾਰ ਪਹਿਲਾਂ ਤਾਂ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਜਿਨੇ ਸਾਨੂੰ ਆਪਣੇ ਨਾਲ ਸੇਵਾ ਕਰਨ ਦਾ ਇਥੇ ਬਜ਼ੁਰਗਾਂ ਦੀ ਮਾਤਾ ਪਿਓਾਂ ਦੀਆਂ ਸੇਵਾ ਕਰਨ ਦਾ ਮੌਕਾ ਦਿੱਤਾ ਬਾਕੀ ਮੈਂ ਹੀ ਇੰਨੀ ਕਹਿਣਾਗਾ ਵੀ ਜਿੰਨੇ ਵੀ ਵੀਰ ਹੈ ਹਜੇ ਵੀ ਕੁਛ ਵੀਰ ਤਕਰੀਬਨ ਤਾਂ ਆ ਗਏ ਜਿਹੜੇ ਘਰਾਂ 'ਚ ਬੈਠੇ ਐ ਜਾਂ ਤਮਾਸ਼ਾ ਦੱਸਦੇ ਐ ਉਹ ਇੱਥੇ ਆਉਣ ਇੱਥੇ ਆਪਣੇ ਬਜ਼ੁਰਗ ਐ ਮਾਪੇ ਬਾਪ ਐ ਉਹਨਾਂ ਦੀ ਆ ਕੇ ਸੇਵਾ ਕਰਨ ਕੰਮ ਤਾਂ ਆਪਣੇ ਕੋਲੇ ਜਿਹੜੇ ਬਿਜ਼ਨਸਮੈਨ ਐ ਜਾਂ ਛੋਟੇ ਲੈਵਲ ਦੇ ਬਿਜ਼ਨਸਮੈਨ ਐ ਉਹ ਬਿਜ਼ਨਸ ਫੇਰ ਚੱਲੂ ਆ ਜੇ ਆਪਣੇ ਕਰਸਾਨੀ بچੂ ਆਪਣੀ ਇਨਸਾਨੀਅਤ بچੂ ਬਾਕੀ ਜਿੰਨੀ ਗ੍ਰੱਬ ਨੇ ਮੈਨੂੰ ਸੇਵਾ ਲਈ ਐ ਮਾਪੇ ਦੇ ਦਿਲੋਂ ਕਰੂੰਗਾ ਜਿੰਨਾ ਚਿਰ ਸਾਹ ਚੱਲਣਗੇ ਆਪਣੇ ਡਾਕਟਰ ਸਾਹਿਬ ਨਾਲ ਇਹ ਹੀ ਵਾਦਾ ਕੀਤਾ ਵੀ ਤੁਹਾਡੇ ਨਾਲ ਖੜਾਾਂਗੇ ਕਿਸਾਨਾਂ ਦੀ ਸੇਵਾ ਕਰਾਂਗੇ ਕਿਸਾਨਾਂ ਦੇ ਪੁੱਤਾਂ ਪਿੰਡਾਂ ਚੋਂ ਆਏ ਆ ਕੋਈ ਬਸ ਬਾਲਾ ਵੱਡਾ ਹੋਣੀ ਹੈਗਾ ਜਿੰਨੀ ਕਿ ਸੇਵਾ ਰੱਬ ਨੇ ਲਿਖੀ ਹੈ ਉਨੀ ਕੁ ਦਿਲੋਂ ਕਰਾਂਗੇ ਬਾਕੀ ਸਾਰਿਆਂ ਦਾ ਧੰਨਵਾਦ ਬਾਕੀ ਵੇਖੋ ਯਾਰ ਸਾਡੇ ਨਾਂ ਤੇ ਕੋਈ ਪੈਸਾ ਨਾ ਕਲੈਕਟ ਕਰਨ ਦੀ ਕੋਸ਼ਿਸ਼ ਕਰੇ ਮੈਂ ਸਿੱਧੀ ਗੱਲ ਕਹਿਣਾ ਵੇਖੋ ਅਸੀਂ ਪਹਿਲੇ ਦਿਨ ਤੋਂ ਕੀਤਾ ਟੈਲੀਫੋਨ ਨੰਬਰ ਹੈ ਮੇਰਾ ਸਾਰੇ ਕੋਲ ਹੈਗਾ ਟਾਈਗਰ ਸਾਡੀ ਵੈਬਸਾਈਟ ਦਾ ਨਾਮ ਹੈਗਾ ਈਮੇਲ ਇੰਸਟਾ ਜੋ ਵੀ ਆ ਪਰ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਹੈ ਸਾਨੂੰ ਪੈਸੇ ਦੇਣ ਦੀ ਕੋਸ਼ਿਸ਼ ਨਾ ਕਰਿਓ ਤੇ ਨਾ ਹੀ ਕਿਉਂਕਿ ਕਈ ਵਾਰੀ ਕਿ ਹੁੰਦਾ ਨਾ ਯਾਰ ਇਤੋਂ ਸੁਣ ਲ ਜਾਂਦਾ ਬੰਦਾ ਕਿ ਯਾਰ ਤੁਹਾਡੇ ਨਾਂ ਤੇ ਕਿਸੇ ਨੇ ਪੈਸੇ ਖਿੱਚਣ ਦੀ ਕੋਸ਼ਿਸ਼ ਕੀਤੀ ਜੋ ਵੀ ਅਸੀਂ ਸਾਰਿਆਂ ਨੂੰ ਪਹਿਲੇ ਦਿਨ ਤੋਂ ਕਹਿੰਨੇ ਸਾਡੇ ਨਾਮ ਤੇ ਚੀਜ਼ਾਂ ਜਰੂਰ ਕਲੈਕਟ ਕਰੋ ਪਰ ਪੈਸਾ ਨਾ ਯਾਰ ਕਰਿਓ ਸਾਡੇ 5 ਵੀ ਰੁਪਏ ਨਾ ਸਾਡੇ ਨਾਮ ਤੇ ਕਲੈਕਟ ਕਰੋ ਕਿਉਂਕਿ ਯਾਰ ਸਾਡਾ ਇਹ ਉਹ ਬਰਡਨ ਚਾਲ ਨਹੀਂ ਸਕਣਾ ਸੋ ਨਾ ਹੀ ਦੇਣ ਦੀ ਕੋਸ਼ਿਸ਼ ਕਰਿਓ ਚੀਜ਼ਾਂ ਸਾਨੂੰ ਜਰੂਰ ਕਹਦਿਆ ਕਰੋ ਬਾਈ ਕੀ ਚਾਹੀਦਾ ਹੋ ਤੁਹਾਨੂੰ ਦੱਸ ਦਿਆ ਕਰਾਂਗੇ ਬਾਕੀ ਮੇਰਾ ਵੀਰ ਆ ਕੋਈ ਅਸੀਂ ਇੱਥੇ ਗਦਰ ਪਾਰਟੀ ਦੇ ਨ ਬੜੀ ਮਹਾਨ ਪਾਰਟੀ ਉਹਨਾਂ ਦੇ ਨਾਮ ਤੇ ਅਸੀਂ ਇੱਥੇ ਲਾਇਬ੍ਰੇਰੀ ਸ਼ੁਰੂ ਕੀਤੀ ਆ ਜੋ ਤੁਸੀਂ ਵੇਖਿਆ ਹੋਊਗਾ ਜਸ ਪੰਜਾਬੀ ਤੇ ਪਿਛਲੇ ਹਫ਼ਤੇ ਉਹਦਾ ਰੀਜ਼ਨ ਇਹੋ ਹੀ ਕਿਉਂਕਿ ਅਸੀਂ ਇੱਥੇ ਆ ਕੰਬਲ ਤੇ ਰਜਾਈਆਂ ਨਹੀਂ ਦੇਣ ਆਏ ਲੋਕਾਂ ਨੂੰ ਠੀਕ ਹੈ ਨਾ ਅਸੀਂ ਆਪਣੇ ਵੀਰਾਂ ਨੂੰ ਆਪਣਾ ਮੰਗਤੇ ਨਹੀਂ ਬਣਾਉਣਾ ਏ ਅਸੀਂ ਜਿਹੜਾ ਵੀ ਸਾਡਾ ਇੱਥੇ ਕੋਈ ਆਉਂਦਾ ਉਹਨੂੰ ਅਸੀਂ ਚਾਹੁੰਦੇ ਆ ਕਿ ਇਹ ਥਾਂ ਤੋਂ ਸੋਹਣਾ ਇਨਸਾਨ ਬਣ ਕੇ ਜਾਵੇ ਕਿਉਂਕਿ ਉਹ ਵੀਰ ਆਪਣਾ ਸਾਰਾ ਕੁਝ ਛੱਡ ਕੇ ਭੈਣ ਆਪਣਾ ਸਾਰਾ ਕੁਝ ਛੱਡ ਕੇ ਆਇਆ ਇੱਥੇ ਤੇ ਅਸੀਂ ਚਾਹੁੰਦੇ ਆ ਇਹ ਤੋਂ ਕੋਈ ਚੰਗਾ ਲੈ ਕੇ ਜਾਵੇ ਹੁਣ ਇਸ ਲਈ ਉਹ ਲਾਇਬ੍ਰੇਰੀ ਬਣਾਈ ਕਿ ਇਹ ਆਪਣੇ ਦੇਸ਼ ਨਾਲ ਲੋਕਾਂ ਨੂੰ ਜੋੜ ਸਕੀਏ ਆਪਣੇ ਤਿਰੰਗੇ ਨਾਲ ਜੋੜ ਸਕੀਏ ਐਕਚੁਅਲ ਵਿੱਚ ਹਿਊਮੈਨਿਟੀ ਨਾਲ ਜੋੜ ਸਕੀਏ ਜਿੱਦਾਂ ਮੈਂ ਆਪਾਂ ਗੱਲ ਕੀਤੀ ਸੀ ਹਿਟਲਰ ਦੀ ਇੱਕ ਟਾਈਮ ਐਸਾ ਸੀ ਜਦੋਂ ਉਸ ਬੰਦੇ ਨੇ ਸਾਰੀ ਇੱਕ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜੇ ਆਪਾਂ ਉਹ ਚੀਜ਼ ਬਾਰੇ ਪੜਾਂਗੇ ਤੇ ਆਪਾਂ ਵੀ ਵੇਖਾਂਗੇ ਬਾਈ ਕਿੱਦਾਂ ਕੌਮਾਂ ਖਤਮ ਖਤਮ ਹੁੰਦੀਆਂ ਜਦੋਂ ਆਪਾਂ ਆਪਾਂ ਆਪਣੀ ਆਪਣੀ ਆਪਣੇ ਭਟਕ ਜਾਂਦੇ ਆ ਨਾ ਜਦੋਂ ਆਪਾਂ ਬੋਲਣਾ ਹਟ ਜਾਂਦੇ ਆ ਜਦੋਂ ਆਪਾਂ ਜਵਾਬ ਦੇਣਾ ਹਟ ਜਾਂਦੇ ਆ ਜਦੋਂ ਆਪਾਂ ਪੈਸੇ ਦੇ ਪੁੱਤ ਬਣ ਜਾਣੇ ਕਹਿ ਲੋ ਜਦੋਂ ਕੋਈ ਕਿਸੇ ਨੂੰ ਕੋਈ ਮਾਰਦਾ ਹੋਇਆ ਆਪਾਂ ਉਦੋਂ ਬੋਲ ਦੇਣੀ ਆ ਉਦੋਂ ਕੌਮਾ ਖਤਮ ਹੁੰਦੀ ਆ ਸੋ ਇਹ ਉਹੀ ਉਹੀ ਇੱਕ ਸਾਹ ਦੀ ਘੜੀ ਆ ਗਈ ਆ ਮਤਲਬ ਤੁਹਾਨੂੰ ਸੋਚਣ ਦੀ ਲੋੜ ਆ ਕਿ ਆਪਾਂ ਕਿੱਥੇ ਖੜੇ ਹੋਏ ਆ ਇਸ ਟਾਈਮ ਤੇ ਬਜ਼ੁਰਗ ਤੁਹਾਡੇ ਮਰ ਰਹੇ ਆ ਸੜਕਾਂ ਤੇ ਬਾਕੀ ਭਾਈ ਤੁਸੀਂ ਲਾਇਬ੍ਰੇਰੀ ਚਲਾ ਰਹੇ ਹੋ ਥੋੜਾ ਬੋਧਾ ਦੱਸ ਦੋ ਵੀਅਰਜ਼ ਨੂੰ ਕਿ ਕਿੱਦਾਂ ਲਾਇਬ੍ਰੇਰੀ ਚੱਲ ਰਹੀ ਆ ਤੇ ਅਗਲੇ ਪਲਾਨ ਕੋਈ ਦੱਸ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਇਬ੍ਰੇਰੀ ਵਧੀਆ ਚੱਲਦੀ ਆ ਪਰ ਜਿੱਦਾਂ ਸਾਨੂੰ ਸਰਕਾਰ ਨੇ ਪੜਨੇ ਪਾਇਆ ਤਾਂ ਪੜ ਕੇ ਜਾਣਾ ਕਿਉਂਕਿ ਇਹ ਨਹੀਂ ਪਤਾ 3 ਸਾਲ ਚੱਲੇ 2 ਸਾਲ ਚੱਲੇ 5 ਸਾਲ ਚੱਲੇ ਸੋ ਆਪਾਂ ਨੂੰ ਕੁਝ ਨਹੀਂ ਪਤਾ ਹਨਾ ਪਲਾਨ ਕੀ ਹੈ ਪਲਾਨ ਹੁੰਦਾ ਸਭ ਤੋਂ ਪਹਿਲਾਂ ਕੌਮਾਂ ਨੂੰ ਜਿੱਦਾਂ ਦੱਸਿਆ ਹੀ ਆ ਬਾਈ ਜੀ ਨੇ ਕਿ ਸਵਾਹਿਮਾਨ ਡਾਕਟਰ ਸਾਹਿਬ ਨੇ ਦੱਸ ਹੀ ਦਿੱਤਾ ਤੁਹਾਨੂੰ ਕਿ ਕਿੱਦਾਂ ਅਸੀਂ ਕੌਮ ਨੂੰ ਅੱਗੇ ਲਿਜਾ ਸਕਦੇ ਹਾਂ ਹਨਾ ਵਧੀਆ ਧਾਰਨ ਦਿੱਤੀ ਤਾਂ ਮੈਂ ਤਾਂ ਇੱਕ ਹੀ ਗੱਲ ਕਹਿ ਕੇ ਸਮਾਪਤੀ ਕਰੂੰਗਾ ਕਿ ਸਰੀਰ ਮੱਥੇ ਟੇਕਦਾ ਤੇ ਰੂਹਾਂ ਸੱਜ ਦੇ ਕਰਦੀਆਂ ਨੇ ਮੈਂ ਉਹ ਧਰਤੀ ਦਾ ਜਾਇਆ ਹਾਂ ਜਿੱਥੇ ਪਾਉਣਾ ਬਾਣੀ ਪੜਦੀਆਂ ਨੇ ਸਾਡੀਆਂ ਤਾਂ ਪਾਉਣਾ ਹਵਾਵਾਂ ਵੀ ਇੱਥੇ ਬਾਣੀ ਦਾ ਜਾਪ ਹੁੰਦਾ ਤਾਂ ਉਹ ਗੱਲਾਂ ਨੂੰ ਤੁਸੀਂ ਚੇਤੇ ਰੱਖਣਾ ਇੱਥੇ ਆਜੋ ਤੇ ਇੱਕ ਬੇਨਤੀ ਆ ਜਿਹੜੀ ਸਾਡੀ ਜਿੰਨੇ ਡਾਕਟਰਸ ਦੀ ਫਰੰਟ ਲਾਈਨ ਤੇ ਹੋਣਗੇ ਤਾਂ ਉਸ ਦਿਨ ਇੱਕ ਲਾਈਨ ਦੇ ਵਿੱਚ ਟਰੈਕਟਰ ਰੱਖਿਓ ਕਿਉਂਕਿ ਜੇ ਐਂਬੂਲੈਂਸ ਨੂੰ ਉੱਥੋਂ ਆਉਣਾ ਪੈ ਗਿਆ ਕਿਤੇ ਹਸਪੀਟਲਸ ਦੇ ਵਿੱਚ ਲਿਜਾਣਾ ਪੈ ਗਿਆ ਤਾਂ ਸਾਈਡ ਤੇ ਇੱਕ ਰਸਤਾ ਹੋਵੇ ਉਹ ਜਿਹੜਾ ਚੱਲਦਾ ਰਹੇ ਤਾਂ ਲਾਈਨਾਂ ਨਾ ਤੋੜਿਓ ਜੇ ਤੁਹਾਨੂੰ ਰਸਤੇ ਪਤਾ ਤਾਂ ਇੱਕ ਲਾਈਨ ਜੀ ਜਾਇਓ ਸੋ ਇੰਨੀ ਬੇਨਤੀ ਆ ਵੱਧ ਤੋਂ ਵੱਧ ਕਿਤਾਬਾਂ ਚੱਕ ਲਓ ਤੇ ਆਪਾਂ ਸਰਕਾਰ ਨੂੰ ਤਾਂ ਭਜਾਈ ਲੈਣਾ ਸੋ ਸਕੂਲ ਖੋਲੋ ਆਪਣੇ ਪਿੰਡਾਂ ਚ ਲਾਇਬ੍ਰੇਰੀਆਂ ਖੋਲੋ ਲੋੜ ਆ ਜੰਗ ਜਿਹੜੀ ਹੁੰਦੀ ਹੈ ਨਾ ਉਹ ਜਿੱਤੀ ਜਾਂਦੀ ਕਲਮ ਨਾਲ ਕਲਮ ਦੀ ਜੰਗ ਆ ਹੁਣ ਸੁਰ ਥੋੜਾ ਜਿਆਦਾ ਰੀਅਲਾਈਜ਼ ਕਰਨ ਦੀ ਕਰੋ ਇਹ ਚੱਕ ਦੇਵਾਂਗੇ ਉਹ ਉਹ ਚੀਜ਼ਾਂ ਦਾ ਟਾਈਮ ਨਹੀਂ ਬਾਕੀ ਵੀਰ ਨੇ ਗੱਲ ਕੀਤੀ ਮੈਂ ਇਹੋ ਕਹੂੰਗਾ ਵੇਖੋ ਜੇ ਤੇ ਤੁਸੀਂ ਫਾਰਮ ਜੇ ਤੁਸੀਂ ਫਾਰਮਰ ਹੋ ਕਿਸਾਨ ਹੋ ਤੁਸੀਂ ਮੰਨ ਲਿਆ ਕਿ ਇਹ ਜਿਹੜੇ ਕਿਸਾਨ ਯੂਨੀਅਨ ਆਵਾਏ ਤੁਹਾਡੇ ਜਰਨਲ ਆ ਇਹਨਾਂ ਦੇ ਹੈੱਡ ਤੁਹਾਡੇ ਜਰਨਲ ਆ ਫਿਰ ਉਹ ਕਰੋ ਜੋ ਤੁਹਾਨੂੰ ਕਹਿੰਦੇ ਆ ਮਤਲਬ ਕਿ ਐਵੇਂ ਹੁਲੜ ਬਾਜੀ ਨਾ ਕਰੋ ਕੁਝ ਵੀ ਐਸਾ ਕਰਨ ਦੀ ਕੋਸ਼ਿਸ਼ ਨਾ ਕਰਿਓ ਜਿਹੜਾ ਤੁਹਾਨੂੰ ਕੱਲ ਸ਼ਰਮਿੰਦਾ ਹੋਣਾ ਪਵੇ ਦੂਜੀ ਗੱਲ ਜਿਹੜੇ ਦੂਜੇ ਬੰਦੇ ਮੇਰੇ ਵੀਰ ਆ ਪੁਲਸੀ ਐਸਆਰਪੀ ਦੇ ਆ ਵੀਰੋ ਤੁਸੀਂ ਵੀ ਬਹੁਤ ਚਕੰਨੇ ਹੋ ਕੇ ਰਹਿਣਾ ਕਿਉਂਕਿ ਗੱਲ ਇਦਾਂ ਵਾਂ ਕਿ ਤੁਸੀਂ ਵੀ ਕਿਸਾਨਾਂ ਦੇ ਪੁੱਤ ਹੋ ਤੇ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਇਹ ਜਿਹੜੇ ਕਿਸਾਨ ਆ ਹਨਾ ਤੁਹਾਡਾ ਦੁਸ਼ਮਣ ਨਹੀਂ ਕੋਈ ਕੋਈ ਆਪਣੀ ਇੱਕ ਦੂਜੇ ਨਾਲ ਦੁਸ਼ਮਣੀ ਥੋੜੀ ਆ ਬਹੁਤ ਧਿਆਨ ਨਾਲ ਕਿਉਂਕਿ ਹੋ ਸਕਦਾ ਇਹ ਨਾ ਹੋਵੇ ਪਿੱਛੇ ਕੋਈ ਤੀਜੀ ਪਾਰਟੀ ਫਾਇਦਾ ਠਾ ਜੇ ਚੀਜ਼ ਦਾ ਪਿੱਛੇ ਬੈਠਾ ਕੋਈ ਐਸੀ ਚੰਗਿਆੜੀ ਲਾ ਜੇ ਕਿ ਦੋਸਤਾਂ ਨੂੰ ਲੜਾ ਦੇ ਸੋ ਤੁਹਾਨੂੰ ਵੀ ਇਹ ਚੀਜ਼ ਦਾ ਵੇਖਣਾ ਪਊਗਾ ਕਿ ਇਹ ਜਿਹੜੇ ਕਿਸਾਨ ਵੀਰ ਆ ਹੁਣ 5 ਮਹੀਨੇ ਹੋ ਗਏ ਯਾਰ ਇੰਨੀ ਸ਼ਾਂਤੀ ਨਾਲ ਬੈਠੇ ਆ ਇਹ ਕੱਲ ਕੁਝ ਐਸਾ ਕੁਸਾ ਕਰ ਸਕਦੇ ਨਹੀਂ ਕਰ ਸਕਦੇ ਤੁਹਾਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਪਊਗਾ ਇਹੋ ਬਜ਼ੁਰਗਾਂ ਤੁਸੀਂ ਘਰ ਜਾ ਕੇ ਆਪਣੇ ਪਿੰਡਾਂ 'ਚ ਰਹਿਣਾ ਸੋ ਇੱਕ ਦੂਜੇ ਸਾਨੂੰ ਵੀ ਜਿਹੜੇ ਕਿਸਾਨ ਵੀਰ ਇੱਥੇ ਉਹਨਾਂ ਨੂੰ ਵੀ ਧਿਆਨ ਇਹ ਚੀਜ਼ਾ ਰੱਖਣਾ ਪਊਗਾ ਕਿ ਕੋਈ ਮਾਰਸ ਤੋਂ ਆਏ ਲੋਕ ਨਹੀਂ ਆ ਇਹ ਸਾਡੇ ਭਰਾ ਜਦੋਂ ਅਸੀਂ ਗੱਲ ਕਹਿੰਦੇ ਆ ਨਾ ਚੱਕ ਦਵਾਂਗੇ ਤੋੜ ਦਵਾਂਗੇ ਕਿਹਨੂੰ ਚੱਕਾਂਗੇ ਤੇ ਕਿਹਨੂੰ ਤੋੜਾਂਗੇ ਆਪਣੇ ਭਰਾਵਾਂ ਨੂੰ ਬੜਾ ਇਹ ਮਤਲਬ ਕਿ ਇਹ ਇਹ ਕੋਈ ਇਹ ਇਹ ਸੋਚਣ ਦੀ ਖੜੀ ਆ 26 ਤਰੀਕ ਬਹੁਤ ਹੀ ਸਪੈਸ਼ਲ ਡੇ ਆ ਦੇਸ਼ ਦੇ ਲਈ ਬਾਕੀ ਵੀਰ ਹੁਣੀ ਦੂਰੋਂ ਆਏ ਆ ਇਹਨਾਂ ਦਾ ਵੀ ਧੰਨਵਾਦ ਤੁਸੀਂ ਵੀਰੇ ਆ ਚੀਜ਼ ਜਿਹੜੀ ਫਾਰਮ ਯੂਨੀਅਨਾਂ ਦੀ ਸਾਰੀ ਜਿਹੜੀ ਗੱਲਬਾਤ ਆ ਉਹ ਜਾਣਦੇ ਹੋ ਤੁਹਾਡਾ ਕੋਈ ਮੈਸੇਜ ਜਿਹੜੇ ਆਪਣੇ ਨਿਆਣੇ ਆ ਜਾਂ ਯੂਥ ਹੈ ਖਾਸ ਕਰਕੇ ਜਿਹੜੇ ਨਵੇਂ ਆਏ ਆ ਜਿਹੜੇ ਪੁਰਾਣੇ ਆ ਉਹਨਾਂ ਨੂੰ ਪਤਾ ਇੱਥੇ ਕਿਦਾਂ ਰਹਿਣਾ ਤੁਸੀਂ ਉਹਨਾਂ ਲਈ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਅਸੀਂ 26 ਨਵੰਬਰ ਤੋਂ ਇੱਥੇ ਆਏ ਆ 26 ਨਵੰਬਰ ਨੂੰ ਜਦੋਂ ਅਸੀਂ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਸਾਡਾ ਐਕਸੀਡੈਂਟ ਹੋਇਆ ਸੀ ਉਹ ਸਾਡੀ ਅਨਗਹਿਲੀ ਲਾਓ ਜਾਂ ਆਪਣੇ ਜਿਹੜੇ ਟਰੈਕਟਰਾਂ ਦੀ ਤੇ ਪਿੱਛੋਂ ਅੱਗੇ ਟਰੱਕ ਵੱਜਿਆ ਸੀ ਸਾਡਾ ਧੰਨਾ ਸਿੰਘ ਸ਼ਹੀਦ ਵੀ ਹੋਇਆ ਸੀ ਮੈਂ ਨਹੀਂ ਚਾਹੁੰਦਾ ਕਿ ਆਪਾਂ ਉਹ ਗਲਤੀਆਂ ਦੁਬਾਰਾ ਦਰਾਈਏ ਜਿਵੇਂ ਕਿ ਆਪਾਂ ਨੂੰ ਜਥੇਵੰਦੀਆਂ ਕਹਿੰਦੀਆਂ ਜਿਵੇਂ ਕਿ ਆਪਣੇ ਸੀਨੀਅਰ ਲੀਡਰਸ ਕਹਿੰਦੇ ਨੇ ਇੱਕ ਸੀਕੁਐਂਸ ਵਾਈਜ਼ ਆਪਾਂ ਚੱਲਣਾ ਹੈ ਇੱਕੋ ਲਾਈਨ ਦੇ ਵਿੱਚ ਚੱਲਣਾ ਹੈ ਜਿਵੇਂ ਕਿ ਡਾਕਟਰ ਸਾਹਿਬ ਨੇ ਵੀ ਦੱਸਿਆ ਵੀਰਜੀ ਹੋਰਾਂ ਨੇ ਵੀ ਦੱਸਿਆ ਐਂਬੂਲੈਂਸ ਲਈ ਇੱਕ ਰਸਤਾ ਆਪਾਂ ਛੱਡਣਾ ਹੈ ਕੋਈ ਵੀ ਹੁੱਲੜਵਾਜੀ ਨਹੀਂ ਕਰਨੀ ਨਹੀਂ ਅੱਜ ਤੱਕ ਆਪਣੇ ਇੰਨੇ ਨੌਜਵਾਨ ਇੱਥੇ ਪਹੁੰਚੇ ਅੱਜ ਤੱਕ ਕੋਈ ਹੁੱਲੜਵਾਜੀ ਨਹੀਂ ਹੋਈ ਪਰ ਸਰਕਾਰਾਂ ਦੇ ਗਲਤਬੰਦੇ ਹੀ ਆਪਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅੱਗੇ ਵੀ ਆਪਾਂ ਜਿਵੇਂ 5 ਮਹੀਨੇ ਹੋ ਗਏ ਨੇ 3 ਮਹੀਨੇ ਪਹਿਲਾਂ ਆਪਾਂ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤੀ ਐ 2 ਮਹੀਨੇ ਆਪਾਂ ਨੂੰ ਇੱਥੇ ਹੋ ਗਏ ਨੇ ਉਸੇ ਹੀ ਤਰ੍ਹਾਂ ਮੰਨ ਲਓ ਵੀ ਆਪਾਂ ਚੱਲਣਾ ਹੈ ਥੈਂਕ ਯੂ ਕੋ ਮੈਂ ਨਾ ਮੈਂ ਸਰਕਾਰ ਦੀ ਕਿਉਂਕਿ ਜਦੋਂ ਪਤਾ ਨਹੀਂ ਹੁੰਦਾ ਆਪਾਂ ਨੂੰ ਕੌਣ ਕੀ ਕਰ ਰਿਹਾ ਸੋ ਨਾ ਮੈਂ ਸਰਕਾਰ ਨੂੰ ਮਾੜਾ ਕਹਿਣਾ ਨਾ ਮੈਂ ਆਪਣੇ ਆਪ ਨੂੰ ਮਾੜਾ ਕਹਿਣਾ ਮੈਂ ਬਸ ਇੰਨਾ ਹੀ ਕਹਿਣਾ ਆਪਾਂ ਇੱਕੋ ਹੀ ਆ ਯਾਰ ਆਪਣਾ ਇੱਕੋ ਹੀ ਦੇਸ਼ ਆ ਸੋ ਆਪਾਂ ਨੂੰ ਇਹ ਵੇਖਣੀ ਪਊਗੀ ਚੀਜ਼ ਕਿ ਆਪਾਂ ਕਿੱਦਾਂ ਅੱਗੇ ਚੱਲਣਾ ਤੇ ਮੈਂ ਸਾਰਿਆਂ ਨੂੰ ਇਹੋ ਕਹਿੰਨਾ ਸਾਰੀ ਦੁਨੀਆ ਨੂੰ ਕਿ ਵੇਖੋ ਹੁਣ ਦੁਨੀਆ ਨੇ ਵੇਖ ਲਿਆ ਕਿ ਇਹ ਕਿਸਾਨ ਕਿੱਦਾਂ ਰਹਿੰਦੇ ਆ ਕਿੱਦਾਂ ਪ੍ਰੋਟੈਸਟ ਕਰਦੇ ਆ ਤੇ ਇਹ ਹਿਸਟਰੀ ਦੀ ਮਿਸਾਲ ਬਣ ਗਈ ਮੈਂ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਫਾਰਮ ਯੂਨੀਅਨਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਕਿ ਤਨਾ ਕਿਤੇ ਕੋਈ ਅਗਰੀਮੈਂਟ ਕਰ ਲਓ ਕਿਸੇ ਨਤੀਜੇ ਤੇ ਪਹੁੰਚ ਜਾਓ ਤੇ ਜੇ ਹੋ ਸਕੇ 26 ਜਨਵਰੀ ਤੋਂ ਪਹਿਲਾਂ ਪਹੁੰਚ ਜਾਓ ਕਿਉਂਕਿ ਐਸਾ ਕੁਝ ਵੀ ਨਾ ਕਿਉਂਕਿ ਐਸੇ ਤੀਜੇ ਧੜ ਬੜੇ بڑے ਹੁੰਦੇ ਆ ਜਿਹੜੇ ਮੌਕੇ ਦਾ ਫਾਇਦਾ ਉਠਾਉਂਦੇ ਆ ਤੇ ਮੈਂ ਇਹ ਚਾਹੁੰਦਾ ਕੋਈ ਵੀ ਇਸ ਚੀਜ਼ ਦਾ ਫਾਇਦਾ ਉਠਾ ਸਕੇ ਤੇ ਆਪਣੇ ਦੇਸ਼ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰੇ ਬੜਾ ਮਹਾਨ ਹੈ ਇਹ ਦੇਸ਼ ਬੜੀਆਂ ਜੰਗਾਂ ਲੜੀਆਂ ਹੈ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਉਹ ਤਿਰੰਗੇ ਲਈ ਬੜੀਆਂ ਜੰਗਾਂ ਲੜੀਆਂ ਸਾਡੇ ਵੱਡੇ ਵੱਡੇ ਰਿਆ ਨੇ ਤੇ ਅਸੀਂ ਬੜਾ ਦਰਦ ਹੋਊਗਾ ਕਿ ਜੇ ਕੋਈ ਵੀ ਐਸੀ ਕੋਈ 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 ਦਾਗ ਇਸ ਦੇਸ਼ ਦੇ ਉੱਤੇ ਲੱਗਦਾ ਤੇ ਤੇ ਮੈਂ ਇਹੋ ਚਾਹੁੰਦਾ 26 ਜਨਵਰੀ ਨੂੰ ਚੜ੍ਹਦੀ ਕਲਾ ਨਾਲ ਉੱਥੇ ਪਰੇਡ ਹੋਵੇ ਹਰ ਇੱਕ ਟਰੈਕਟਰ ਜੋ ਵੀ ਉੱਥੇ ਜਾਵੇ ਅੱਜ ਲੱਗਦਾ ਅਨਾਉਂਸਮੈਂਟ ਹੋ ਗਈ ਆ ਕਿ ਟਰੈਕਟਰ ਨੂੰ ਰਾਹ ਮਿਲ ਜਾਣਾ ਤੇ ਉਹ ਇਦਾਂ ਹੀ ਚੜਦੀ ਕਲਾ ਨਾਲ ਟਰੈਕਟਰ ਹਰ ਇੱਕ ਟਰੈਕਟਰ ਤੇ ਸਾਡਾ ਤਿਰੰਗਾ ਹੋਵੇ ਤੇ ਸ਼ਾਨ ਨਾਲ ਉਹ ਟਰੈਕਟਰ ਜਾਣ ਤੇ ਦੇਸ਼ ਦਾ ਨਾਮ ਵੀ ਰੌਸ਼ਨ ਹੋਵੇ ਸਾਰੀ ਦੁਨੀਆ ਨਾਲੇ ਵੇਖੇ ਕਿ ਕਿਸਾਨ ਕੀ ਹੁੰਦੇ ਆ ਤੇ ਇਹ ਦੇਸ਼ ਦੇ ਜਿਹੜੇ ਨਾਗਰਿਕ ਹੁੰਦੇ ਆ ਸੋ ਇਹੋ ਗੱਲਾਂ ਨਾਲ ਆਪਾਂ ਅੱਜ ਦਾ ਸ਼ੋਅ ਖਤਮ ਕਰਦੇ ਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਚੜਦੀ ਕਲਾ